Hi everyone I welcome you all to Launchpad Education Punjab Launchpad the official YouTube channel te swagat hai tode saareyan da so this is going to be a class of patwari agriculture part 3 this is to pehla do parts already apa channel de upte kar lete ne theek hai make sure ki tusi in sari classes nu 2x di speed te laage dekh lende ho agar tusi pehle nahi ye classes dekhiyan so taaki ਬੇਸਿਕ ਜਿਹੜੇ ਹੈ ਉਹ ਤੁਹਾਡੇ ਐਗਰੀਕਲਚਰ ਦੇ ਕਵਰ ਹੋ ਜਾਣ ਬਾਈ ਦਾ ਟਾਈਮ ਸਾਡੇ ਕੋਲ ਪਟਵਾਰੀ ਦਾ ਪੇਪਰ ਆਏ ਠੀਕ ਹੈ ਕਲਾਸਸ ਦੇ ਨਾਲ ਨਾਲ ਕੁਝ ਐਮਸੀਕਿਊਜ਼ ਦੇ ਸੈਸ਼ਨਸ ਵੀ ਚੱਲ ਰਹੇ ਹੈ ਡਿਫਰੈਂਟ ਟੀਚਰਸ ਦੇ ਨਾਲ ਐਗਰੀਕਲਚਰ ਦੇ ਹੀ ਠੀਕ ਹੈ ਤਾਂ ਕਿ ਆਪਣੀ ਐਗਰੀਕਲਚਰ ਦੀ ਜਿਹੜੀ ਤਿਆਰੀ ਹੈ ਉਹ ਥਰੂਆਊਟ ਬਹੁਤ ਚੰਗੀ ਤਰ੍ਹਾਂ ਜਿਹੜੀ ਹੈ ਆਪਾਂ ਉਹਨੂੰ ਕਰ ਸਕੀ ਹੈ ਸੋ ਲਾਸਟ ਕਲਾਸ ਦੇ ਵਿੱਚ ਆਪਾਂ ਇਰੀਗੇਸ਼ਨ ਦੇ ਮੈਥਡਸ ਕਰ ਰਹੇ ਸੀ ਆਪਾਂ ਉੱਥੋਂ ਅੱਗੇ ਜਿਹੜਾ ਹੈ ਚੱਲਾਂਗੇ ਠੀਕ ਹੈ Uh, उस पंजाब कोर बैच देखो कोर बैच सब तो इम्पोर्टेंट एंड सब तो जरूरी बैच है एज ऑफ नाउ ठीक है बिकॉज कोर बैच के अंडर uh, तू आई सारी वेकेंसी जब एलिजिबल हो जाओगे वन सिंगल बैच है एल पी निकता कोड है थर्टी परसेंट डिस्काउंट लीक है सो राइट नाउ इकनोमिकल है दैन पंजाब पुलिस द्लासिज ऑलरेडी स्टार्ट हो गई ने सो तीन क्लासि अटेंड कर सकते हो ਹਾਈ ਹੈ ਮਨਸ਼ੂ ਹੈਲੋ ਜੀ ਕੀ ਹਾਲ ਚਾਲ ਨੇ ਸੋ ਦੈਨ ਐਨਸੀਆਰਟੀ ਦੀ ਕਲਾਸਸ ਮੰਡੇ ਟੂ ਫਰਡੇ ਜਿਹੜੀਆਂ ਹੈ ਫਲੈਸ਼ ਹੁੰਦੀਆਂ ਹੈ YouTube ਤੇ 8 ਟੂ 9 ਪੀਐਮ ਸੋ ਉਹਨੂੰ ਤੁਸੀਂ ਅਟੈਂਡ ਕਰੋ ਡੈਫੀਨੇਟਲੀ ਬੇਸਿਕ ਜਿਹੜੇ ਹੈ ਉਹਨੂੰ ਪੱਕਾ ਕਰੋ ਅ ਹੈਲੋ ਅਰਸ਼ਦੀਪ ਹੈਲੋ 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 ਸੋ ਪੀਸੀਐਸ ਦੇ ਉਤੇ 10000 ਆਫ ਹੈ ਸੋ ਡੈਮੋ ਕਲਾਸਸ ਲਗਾ ਲਓ ਤੇ ਡਿਸਾਈਡ ਕਰ ਲਓ ਕਿ ਹਾਂਜੀ ਪੀਸੀਐਸ ਦੀ ਤਿਆਰੀ ਆਪਾਂ ਕਿਵੇਂ ਕਰਨੀ ਹੈ ਰਾਈਟ ਸੋ ਲਾਂਚ ਪੈਡ ਨਾਲ ਜੁੜ ਸਕਦੇ ਹੋ ਤੁਸੀਂ ਰਾਈਟ ਮੈਂ ਬਹੁਤ ਵਧੀਆ ਜੀ ਕਿਰਪਾ ਸਾਰਿਆਂ ਦੀ ਤੁਸੀਂ ਸੁਣਾਓ ਸਾਰੇ ਕਿਵੇਂ ਹੋ ਸੋ ਆਪਾਂ ਕਰ ਰਹੀ ਸੀ ਐਗਰੀਕਲਚਰ ਦੀ ਕੁਝ ਇਰੀਗੇਸ਼ਨ ਦੇ ਕੁਝ ਇੰਪੋਰਟੈਂਟ ਸੋਰਸਸ ਥੋੜਾ ਜਿਹਾ ਆਪਾਂ ਰੀਕਾਲ ਕਰਾਂਗੇ ਠੀਕ ਹੈ ਜਿੱਥੇ ਮੈਂ ਦੱਸਿਆ ਸੀ ਕਿ 40% ਜਿਹੜਾ ਇਰੀਗੇਟਿਡ ਏਰੀਆ ਹੈ ਉਹ ਕਨਾਲਸ ਦੇ ਉੱਤੇ ਡਿਪੈਂਡ ਕਰਦਾ ਹੈ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਪਣਾ ਟਿਊਬਵੈਲ ਜਿਹੜਾ ਹੈ ਉਹ ਮੇਜਰ ਸੋਰਸ ਹੈ ਜਿੱਥੋਂ ਆਪਾਂ ਪਾਣੀ ਜਿਹੜਾ ਹੈ ਉਹਨੂੰ ਲੈਨੇ ਆ ਖੇਤੀਬਾੜੀ ਕਰਨ ਲਈ ਠੀਕ ਹੈ the then 35% ਏਰੀਆ ਜਿਹੜਾ ਹੈ ਉਹ wells ਕੂਏ ਚੋਂ ਪਾਣੀ ਜਿਹੜਾ ਹੈ ਲਿੱਤਾ ਜਾਂਦਾ ਹੈ ਠੀਕ ਹੈ 23% ਅਪਰੋਕਸੀਮੇਟਲੀ ਪਾਣੀ ਜਿਹੜਾ ਹੈ ਪੌਂਡਸ ਵਗੈਰਾ ਤੋਂ ਲਿੱਤਾ ਜਾਂਦਾ ਹੈ ਠੀਕ ਹੈ then ਆਪਣੇ ਕੋਲ perennial canals ਵੀ ਨੇ ਜਿਹਦੇ ਵਿੱਚ ਪੂਰਾ ਸਾਲ ਜਿਹੜਾ ਹੈ ਪਾਣੀ ਰਹਿੰਦਾ ਹੈ perennial canals ਦੇ ਵਿੱਚ ਏਰੀਆ ਜਿਵੇਂ ਕਿ ਪੰਜਾਬ ਹੋ ਗਿਆ UP ਹੋ ਗਿਆ ਤਾਮਿਲਨਾਡੂ ਹੋ ਗਿਆ ਸਾਰੇ ਏਰੀਆਜ਼ ਦੇ ਵਿੱਚ ਆਪਣੇ ਕੋਲ ਕੈਨਲ ਇਰੀਗੇਸ਼ਨ ਜਿਹੜੀ ਹੈ ਉਹਨੂੰ ਕੀਤਾ ਜਾਂਦਾ ਹੈ ਠੀਕ ਹੈ then ਉਸ ਤੋਂ ਬਾਅਦ ਟੈਂਕ ਇਰੀਗੇਸ਼ਨ ਇਹਦੇ ਵਿੱਚ ਇਰੀਗੇਸ਼ਨ ਜਿਹੜੀ ਹੈ ਉਹਨੂੰ ਅਡਾਪਟ ਕੀਤਾ ਜਾਂਦਾ ਹੈ ਇਸ ਇਰੀਗੇਸ਼ਨ ਦੇ ਵਿੱਚ ਪਾਣੀ ਦਾ ਜਿਹੜਾ ਟੈਂਕਰ ਹੈ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਹੈ ਕਿਉਂ ਬਿਕੋਜ਼ ਇਨ ਅ ਸਟੇਟਸ ਦੇ ਵਿੱਚ ਕਈ ਏਰੀਆਜ਼ ਜਿਹੜੇ ਹੈ ਉਹ ਉੱਥੇ ਪਾਣੀ ਹੈ ਕਈ ਏਰੀਆਜ਼ ਦੇ ਵਿੱਚ ਪਾਣੀ ਜਿਹੜਾ ਹੈ ਉਹ ਨਹੀਂ ਹੈ ਤਾਂ ਟੈਂਕ ਇਰੀਗੇਸ਼ਨ ਜਿਹੜੀ ਹੈ ਉਹਨੂੰ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕਿ ਤਮਿਲਨਾਡੂ ਹੋ ਗਿਆ ਕਰਨਾਟਕਾ ਹੋ ਗਿਆ ਆਂਧਰਾ ਪ੍ਰਦੇਸ਼ ਹੋ ਗਿਆ ਇਹ ਸਿਰਫ ਬੇਸਿਕਸ ਨੇ ਠੀਕ ਹੈ ਆ 1 on 1 ਜੋ ਆਪਾਂ ਬੇਸਿਕਸ ਡਿਸਕਸ ਕਰ ਰਹੇ ਹਾਂ ਠੀਕ ਹੈ ਬੇਸਿਕਸ ਇਹਨਾਂ ਵਿੱਚੋਂ ਜ਼ਿਆਦਾਤਰ ਆਪਾਂ ਨੂੰ ਕੁਐਸਚਨ ਨਹੀਂ ਆਂਦਾ ਕਿ ਹਾਂ ਵੀ ਟੈਂਕ ਇਰੀਗੇਸ਼ਨ ਦੱਸੋ ਕਿੱਥੇ ਹੁੰਦੀ ਹੈ ਨਹੀਂ ਆਪਾਂ ਨੂੰ ਬੇਸਿਕਸ ਆਪਾਂ ਕਿਉਂਕਿ ਐਗਰੀਕਲਚਰ ਆਪਾਂ ਕਰ ਰਹੇ ਆ ਆਪਾਂ ਬਹੁਤ ਡਿਟੇਲ ਦੇ ਵਿੱਚ ਕਰ ਰਹੇ ਆ ਆਪਣੇ ਕੋਲ ਨੋਟੀਫਿਕੇਸ਼ਨ ਆਨ ਨੂੰ ਹਲੇ ਟਾਈਮ ਹੈ ਤੇ ਆਪਣੇ ਕੋਲ ਟਾਈਮ ਹੈ ਸਾਰੀ ਚੀਜ਼ਾਂ ਕਵਰ ਕਰਨ ਦਾ ਕਿਉਂਕਿ ਬਾਅਦ ਵਿੱਚੋਂ ਆਪਾਂ ਵਨ ਸ਼ਾਟ ਵੀਡੀਓਜ਼ ਕਰਦੇ ਹਾਂ ਉਹਦੇ ਵਿੱਚ ਸਾਰੀ ਚੀਜ਼ਾਂ ਕਵਰ ਨਹੀਂ ਹੋ ਪਾਦੀਆਂ ਠੀਕ ਹੈ ਓਕੇ ਗ੍ਰੇਟ ਹੈ ਮਾਂਜੂ ਦਾਸ ਗ੍ਰੇਟ ਬਈ ਸਾਰੇ ਜਣੇ ਸੈਸ਼ਨ ਨੂੰ ਜ਼ਰੂਰ ਜਿਹੜਾ ਹੈ ਸ਼ੇਅਰ ਕਰ ਦਿਓ ਹਾਈ ਗੀਤ ਦੈਨ ਉਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ ਹੈ ਆਪਣੇ ਕੋਲ well irrigation well irrigation ਇਹ ਯਾਦ ਰੱਖਣਾ ਖੂਆ well irrigation ਕਿੱਥੇ ਕੀਤੀ ਜਾਂਦੀ ਹੈ ਜਿੱਥੇ ਆਪਣੇ ਕੋਲ ਜ਼ਮੀਨ ਦੇ ਥੱਲੇ ਵਾਲਾ ਪਾਣੀ ਗਰਾਊਂਡ ਵਾਟਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਐਮਪਲ ਅਮਾਊਂਟ ਦੇ ਵਿੱਚ ਅਵੇਲੇਬਲ ਹੈ ਜ਼ਿਆਦਾ ਗਰਾਊਂਡ ਵਾਟਰ ਬੇਸਿਕਲੀ ਜਿਹੜੇ ਖੂਹੇ ਹੁੰਦੇ ਸੀ ਜ਼ਮੀਨ ਦੇ ਥੱਲੇ ਦਾ ਪਾਣੀ ਜਿਹੜਾ ਪਾਣੀ ਜਿਹੜਾ ਉਹਨੂੰ ਕੱਢਦੇ ਆ ਹੈਨਾ ਸੋ ਇਹ ਉਹ ਪਾਣੀ ਹੈ ਜੋ ਗਰਾਊਂਡ ਦੇ ਥੱਲੇੋਂ ਅਸੀਂ ਕੱਢ ਰਹੇ ਹਾਂ ਤੇ ਉਹਨਾਂ ਏਰੀਆਜ਼ ਦੇ ਵਿੱਚ ਹੋਏਗਾ ਜਿੱਥੇ ਗਰਾਊਂਡ ਵਾਟਰ ਵੀ ਜ਼ਿਆਦਾ ਹੋਗਾ ਠੀਕ ਹੈ ਤਾਂ ਜਿਹੜੇ ਰਿਵਲ ਜਿਵੇਂ ਮahanadi ਹੋ ਗਈ ਗੋਦਾਵਰੀ 크ishna ਕਵੇਰੀ ਦੇ ਆਸ-ਪਾਸ ਵਾਲੇ ਜਿਹੜੇ ਏਰੀਆ ਹੈ ਜ਼ਿਆਦਾਤਰ ਉਹਨਾਂ ਏਰੀਆਜ਼ ਦੇ ਵਿੱਚ ਇਹ ਸਿਸਟਮ ਜਿਹੜਾ ਹੈ ਵੈਲ ਇਰੀਗੇਸ਼ਨ ਦਾ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਕੁਐਸਚਨ ਹੁਣ ਇਸ ਫਾਰਮੈਟ ਦੇ ਵਿੱਚ ਆ ਸਕਦਾ ਹੈ ਏਰੀਆਜ਼ ਜਿੱਥੇ ਆਪਾਂ ਨੂੰ ਜ਼ਿਆਦਾਤਰ ਤਰਤੀਹਟਲਾ ਪਾਣੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਤਾਂ ਉੱਥੇ ਆਪਾਂ ਕਿਹੜਾ ਸਿਸਟਮ ਯੂਜ਼ ਕਰਾਂਗੇ ਵੈਲ ਯੂਜ਼ ਕਰਾਂਗੇ ਟੈਂਕ ਯੂਜ਼ ਕਰਾਂਗੇ ਕੀ ਕਰਾਂਗੇ ਸੋ ਕਿਹੜਾ ਯੂਜ਼ ਕਰਾਂਗੇ ਫਟ ਫਟ ਆਨਸਰ ਦੇ ਦੋ ਸੈਸ਼ਨ ਦੇ ਵਿੱਚ ਇੰਟਰਐਕਟਿਵ ਰਹੋ ਜਾਗਦੇ ਰਹੋ ਹੈਨਾ ਲਿਖਦੇ ਰਹੋ ਤਾਰਾ ਤੁਰਾ ਬਣਾਦੇ ਰਹੋ ਮੈਨੂੰ ਪਤਾ ਲੱਗੇ ਕਿ ਹਾਂ ਵੀ ਜਾਗ ਰਹੇ ਨੇ ਸੈਸ਼ਨ ਦੇ ਵਿੱਚ ਪਤਾ ਲੱਗੇ ਸੈਸ਼ਨ ਲਾਂਦੇ ਲਾਂਦੇ ਕੋਈ ਬੇਹੋਸ਼ ਹੋ ਗਿਆ ਕਿਵੇਂ ਪਤਾ ਲੱਗੇਗਾ ਠੀਕ ਹੈ ਅ देन ਆਪਾਂ ਅਗਲੇ ਕੁਐਸਚਨ ਤੇ ਚੱਲ ਰਹੇ ਹਾਂ ਫਾਈਨ ਅ ਅਗਲਾ ਦੇਖੋ ਕੀ ਆ ਰਿਹਾ ਆਪਣੇ ਕੋਲ ਅਗਲਾ ਕਹਾਣੀ ਕੀ ਆ ਰਹੀ ਹੈ ਦਨ ਭਾਖੜਾ ਨੰਗਲ ਪ੍ਰੋਜੈਕਟ ਦੀ ਹੈ ਇਹ ਜੁਆਇੰਟ ਪ੍ਰੋਜੈਕਟ ਰਿਹਾ ਹੈ ਤਿੰਨ ਸਟੇਟਸ ਦਾ ਠੀਕ ਹੈ ten states apne koi joint project reha hai haryana punjab and rajasthan yes git yes same hai isse karke punjab da ground water bhi deplete hoya hai overuse de karan thik hai so zyada tar e ona areas de vich useful hai jithe apa enu use kar rahe ha ample water present hai thik hai session nu share karna banda hai ek var session nu phada phad share kar do thik hai ਨੇ ਤਾਂ ਇਹ ਪਾਰਟ 3 ਦੇ ਐਗਰੀਕਲਚਰ ਦੀ ਕਲਾਸਿਸ ਰੁਕ ਜਾ ਰਹੀ ਹੈ ਨਾ ਤੁਸੀਂ ਵੀ ਮੋਟੀਵੇਸ਼ਨ ਮੰਗਦੇ ਹੋ ਹੁਣ ਮੈਨੂੰ ਐਗਰੀਕਲਚਰ ਪੜਾਉਣ ਲਈ ਪੂਰੀ ਪੂਰੀ ਮੋਟੀਵੇਸ਼ਨ ਚਾਹੀਦੀ ਹੈ ਜਿੱਤੇ ਆਪਣੇ ਵਾਲੇ ਨੋਟੀਫਿਕੇਸ਼ਨ ਵੀ ਆਣੀ ਹੈ ਹੈ ਨਾ ਸੋ ਮੋਟੀਵੇਸ਼ਨ ਤੁਸੀਂ ਦੋਗੇ ਮੈਨੂੰ ਇਹਨਾਂ ਦਾ ਕਰ ਸਕਦੇ ਹੋ ਨਾ ਮੇਰੇ ਲਈ ਹਾਂ ਸੋ ਭਾਖੜਾ ਨੰਗਲ ਪ੍ਰੋਜੈਕਟ ਜਿਹੜਾ ਹੈ ਇਹ ਕਿਹੜੀ ਤਿੰਨ ਸਟੇਟਸ ਦਾ ਪ੍ਰੋਜੈਕਟ ਹੈ ਪੰਜਾਬ ਹਰਿਆਣਾ ਇਹ ਸਾਨੂੰ ਯਾਦ ਰਹਿੰਦੀ ਹੈ ਰਾਜਸਥਾਨ ਆਪਾਂ ਭੁੱਲ ਜਾਂਦੇ ਹਾਂ ਸੋ ਯਾਦ ਰੱਖਣਾ ਹੈ ਤਿੰਨ ਸਟੇਟਸ ਦਾ ਪ੍ਰੋਜੈਕਟ ਹੈ इंडिया का बिगेस्ट मल्टीपरप रिवर वैली प्रोजेक्ट है अपना भाखड़ा नंगल हाइड्रो है जी तो लिखी जाती है हाइड्रो मतलब पानी इलेक्ट्रिसिटी मतलब बिजली ठीक है सो टू पावर हाउस ऑफ द भाखड़ा एंड टू पावर स्टेशन एट गंगूवाल एंड कोटला ए दो एरियाज़ ने जिथे दो पावर स्टेशन है भाखड़ा नंगल डैम कनैक्टेड ਠੀਕ ਹੈ ਸੁਭਾਕਰ ਨੰਗਲ ਡੈਮ ਜਿਹੜਾ ਹੈ ਕਿਹੜੀ ਤਿੰਨ ਸਟੇਟਸ ਦਾ ਇਨੀਸ਼ੀਏਟਿਵ ਹੈ ਕਿਹੜੀ ਤਿੰਨ ਸਟੇਟਸ ਆ ਲਿਖਦੇ ਜਾਓ ਯਾਦ ਆਂਦਾ ਰਹੇ ਦਿਨ ਪ੍ਰਧਾਨ ਮੰਤਰੀ ਖੇਤੀ ਸਿਚਾਈ ਯੋਜਨਾ ਠੀਕ ਹੈ ਆਪਾਂ ਗਵਰਨਮੈਂਟ ਦੀ ਜਿਹੜੀ ਐਗਰੀਕਲਚਰਲ ਦਿੱਤੀਆਂ ਸਕਿੱਲ ਰਿਲੇਟਿਡ ਸਕੀਮਸ ਰਹਿੰਗੀਆਂ ਨਾ ਉਹ ਇੱਕ ਵਾਰ ਆਪਣੇ ਕੋਲ ਨੋਟੀਫਿਕੇਸ਼ਨ ਆ ਜਾਏ ਫਿਰ ਆਪਾਂ ਉਹਨੂੰ ਕਵਰ ਕਰਾਂਗੇ ਸਾਰੀ ਸਕੀਮਸ ਕਵਰ ਕਰ ਲਾਂਗੇ ਠੀਕ ਹੈ ਫਿਰ ਹਾਲ ਬੇਸਿਕ ਬੇਸਿਕ ਸਾਰੀ ਚੀਜ਼ਾਂ ਜਿਹੜੀਆਂ ਉਹਨੂੰ ਕਵਰ ਕਰੋ ਦੈਨ ਇਹ ਸਕੀਮ ਜਿਹੜੀ ਹੈ ਸਾਲ 2015-16 ਦੇ ਵਿੱਚ ਲਾਂਚ ਕੀਤੀ ਗਈ ਸੀਗੀ ਠੀਕ ਹੈ ਤੇ ਇਹਦਾ ਬੇਸਿਕ ਕੰਮ ਕੀ ਸੀਗਾ ਕਿ ਜਿਹੜੀ ਇਹਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ ਬਾਏ 3 ਮਿਨਿਸਟਰੀਜ਼ ਕਿਹੜੀ ਤਿੰਨ ਮਿਨਿਸਟਰੀਆਂ ਪ੍ਰਧਾਨ ਮੰਤਰੀ ਖੇਤੀ ਸਿਚਾਈ ਯੋਜਨਾ ਦੇ ਵਿੱਚ ਕਿਹੜੀ ਤਿੰਨ ਮਿਨਿਸਟਰੀਆਂ ਦਾ ਇਨੀਸ਼ੀਏਟਿਵ ਸੀਗਾ ਏਸੀ ਮਿਨਿਸਟਰੀ ਆਫ ਐਗਰੀਕਲਚਰ ਤੇ ਫਾਰਮਰ ਵੈਲਫੇਅਰ ਮਿਨਿਸਟਰੀ ਆਫ ਵਾਟਰ ਰਿਸੋਰਸ ਰੂਰਲ ਡਿਵੈਲਪਮੈਂਟ ਤੇ ਗੰਗਾ ਰੀਜੇਨੇਸ਼ਨ ਤੇ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਠੀਕ ਹੈ ਇਸ ਸਕੀਮ ਜਿਹੜੀ ਹੈ ਇਹਨੂੰ ਤਿੰਨ ਮਿਨਿਸਟਰੀਆਂ ਨੇ ਇਕੱਠਾ ਰਿਲੀਜ਼ ਕੀਤਾ ਸੀਗਾ ਇੰਪਲੀਮੈਂਟ ਕੀਤਾ ਸੀ ਐਂਡ 2015 ਦੀ ਇਹ ਸਕੀਮ ਹੈ ਖੇਤੀ ਸਚਾਈ ਯੋਜਨਾ ਠੀਕ ਹੈ ਓਕੇ ਸ਼ਾਬਾਸ਼ ਲਰਨ ਕਰਨ ਦੀ ਕੋਸ਼ਿਸ਼ ਕਰਿਓ ਫੁੱਲ ਐਫਰਟ ਦੈਨ ਆਪਣੇ ਕੋਲ ਆ ਰਿਹਾ ਹੈ ਅਗਲੀ ਕਹਾਣੀ ਆਪਣੇ ਕੋਲ ਕੁਝ ਹਾਰਮਫੁਲ ਐਨੀਮਲਸ ਤੇ ਬਰਡਸ ਜਾਨਵਰ ਤੇ ਜਿਹੜੇ ਪੰਛੀ ਹੈ ਜਿਹੜੇ ਸਾਡੇ ਖੇਤੀ ਨੂੰ ਜਿਹੜਾ ਹੈ ਉਹ ਖਰਾਬ ਕਰਦੇ ਆ ਠੀਕ ਹੈ ਐਨੀਮਲ ਵੈਸੇ ਤਾਂ ਓਵਰ ਆਲ ਜਿਵੇਂ ਸਿਲੇਬਸ ਵਿੱਚ ਅ ਤਾਂ ਕੁਝ ਚੇਂਜ ਕਰਨ ਦੀ ਲੋੜ ਹੈ ਹੁਣ ਹਿਮਾਂਚਲ ਸਟਰੈਟਜੀ ਬਾਕੀ ਓਵਰਆਲ ਪੇਪਰਸ ਦੀ ਨਹੀਂ ਆਈ ਡੋਂਟ ਥਿੰਕ ਚੇਂਜ ਕਰਨ ਦੀ ਲੋੜ ਹੈ ਬਿਕਾਜ਼ ਸਿਲੇਬਸ ਤਾਂ ਉਹੀ ਹੈ ਆਪਣੇ ਕੋਲ ਬਸ ਵੇਟੇਜ ਦੇ ਵਿੱਚ ਘਟਵਾਦ ਫਰਕ ਪਿਆ ਹੈ ਲੇਕਿਨ ਇਹ ਹੈ ਕਿ ਇਸ ਵੇਟੇਜ ਦੇ ਵਿੱਚ ਤੁਸੀਂ ਸਕੋਰ ਅੱਛਾ ਕਰ ਸਕਦੇ ਹੋ ਹੈਨਾ ਜਿਵੇਂ ਆਪਣੇ ਕੋਲ ਕੰਪਿਊਟਰ ਦੀ ਕਟਆਫ ਜਿਹੜੀ ਵੇਟੇਜ ਹੈ ਉਹ ਕੱਟੀ ਹੈ ਤਾਂ ਉਹਦੇ ਵਿੱਚ ਤੁਸੀਂ ਸਕੋਰ ਜਿਹੜਾ ਹੈ ਉਹਨੂੰ ਬਹੁਤ ਅੱਛਾ ਕਰ ਸਕਦੇ ਹੋ ਜ਼ਿਆਦਾ ਥੋੜੇ ਐਕਸਟਰਾ ਐਫਰਟਸ ਪੁੱਟ ਕਰਕੇ ਅਦਰਵਾਈਜ਼ ਸਟਰੈਟਜੀ ਦੇ ਵਿੱਚ ਕੋਈ ਮੇਜਰ ਚੇਂਜ ਨਹੀਂ ਹੈ ਉਹੀ ਸ ਚੀਜ਼ਾਂ ਦੁਬਾਰਾ ਤੋਂ ਸਿਲੇਬਸ ਦੇ ਵਿੱਚ ਐਡ ਕਰ ਦਿੱਤੀਆਂ ਗਈਆਂ ਹੈ ਠੀਕ ਹੈ ਪੇਪਰ 1 ਤੁਸੀਂ ਉਦਾਂ ਹੀ ਕੁਆਲੀਫਾਈ ਕਰ ਲੈਣਾ ਪੰਜਾਬੀ ਵਾਲਾ ਹੈ ਨਾ ਸੋ ਕੋਈ ਇਸ਼ੂ ਨਹੀਂ ਹੈ ਉਹਦੇ ਵਿੱਚ ਠੀਕ ਹੈ ਥੈਨ ਆਪਣੇ ਕੋਲ ਆ ਰਿਹਾ ਹੈ ਹਾਂ ਆਪਾਂ ਕਰ ਰਹੀ ਸੀ ਹਾਰਮਫੁਲ ਐਨੀਮਲਸ ਐਗਰੀਕਲਚਰ ਦੇ ਵੈਸੇ ਤਾਂ ਜਿਹੜੇ ਐਨੀਮਲਸ ਹੁੰਦੇ ਸਾਡੇ ਇਕੋਸਿਸਟਮ ਲਈ ਬਹੁਤ ਜ਼ਰੂਰੀ ਹੈ ਲੇਕਿਨ ਕੁਝ ਐਸੇ ਜਾਨਵਰ ਹੁੰਦੇ ਜਿਵੇਂ ਚੂਹਾ ਹੋ ਗਿਆ ਹੈ ਨਾ ਉਹ ਚੂਹੇ ਦੇ ਵੀ ਅੱਗੇ ਆਪਾਂ ਕੈਟਾਗਰੀ ਪੜਾਂਗੇ ਨਰਮ ਚਮੜੀ ਵਾਲਾ ਚੂਹਾ ਇਹ ਚੂਹਾ ਉਹ ਚੂਹਾ ਸਾਰੇ ਪੜਾਂਗੇ ਜਿਵੇਂ ਚੂਹੇ ਹੋ ਗਏ ਇਹ ਜਿਹੜੇ ਹੈ ਫਸਲ ਨੂੰ ਖਰਾਬ ਕਰਦੇ ਹੈ ਠੀਕ ਹੈ ਚਾਹੇ ਈਵਨ ਕੁਝ ਬਰਡਸ ਹੋ ਗਏ ਪੰਛੀ ਹੋ ਗਏ ਉਹ ਵੀ ਜਿਹੜੇ ਹੈ ਉਹ ਫਸਲ ਨੂੰ ਜਿਹੜਾ ਹੈ ਖਰਾਬ ਕਰਦੇ ਹੈ ਠੀਕ ਹੈ ਸੋ ਆਪਾਂ ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਪੂਰੀ ਡਿਟੇਲ ਜਿਹੜੀ ਹੈ ਉਹਨੂੰ ਪੜਾਂਗੇ ਹੁਣ ਅੱਗੇ ਕਿਹੜੇ-ਕਿਹੜੇ ਬਰਡਸ ਐ ਆਪਣੇ ਕੋਲ ਕਿਹੜੇ-ਕਿਹੜੇ ਹੋਰ ਚੂਹੇ ਵਗੈਰਾ ਹੈ ਉਹ ਸਾਰੇ ਆਪਾਂ ਪੜਾਂਗੇ ਠੀਕ ਹੈ ਯੈਸ ਮਾਊਸ ਰੈਟ ਰੈਟ ਠੀਕ ਹੈ ਦੈਨ ਆ ਰਿਹਾ ਹੈ ਯੂਸਫੁਲ ਇਨਸੈਕਟਿਵੋਰਸ ਐਂਡ ਰੋਡੈਂਟੀਵੋਰਸ ਜਿਹੜੇ ਯੂਜ਼ ਕੀਤੇ ਜਾਂਦੇ ਨੇ ਇਨਸੈਕਟਿਵੋਰਸ ਐਂਡ ਕੀਟਨਾਸ਼ਕ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਉਹਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਆਪਾਂ ਇਹ ਕੀੜੇ ਮਕੌੜੇ ਜਿਹੜੇ ਹੈ ਇਹਨਾਂ ਨੂੰ ਖਤਮ ਕਰੀਏ 98% ਆਫ ਦ ਟੋਟਲ ਬਰਡ ਸਪੀਸੀਜ਼ ਜਿਹੜੇ ਹੈ ਉਹ ਐਗਰੀਕਲਚਰ ਦੇ ਵਿੱਚ ਯੂਸਫੁਲ ਹੈ 98% ਬਹੁਤ ਯੂਸਫੁਲ ਹੈ ਠੀਕ ਹੈ ਜਿਵੇਂ ਕਈ ਐਨੀਮਲਸ ਹੈ ਉਹਨਾਂ ਦਾ ਐਕਸਕਰੀਟਾ ਜਿਹੜਾ ਹੈ ਉਹਨਾਂ ਦਾ ਵੇਸਟ ਮਟੀਰੀਅਲ ਜਿਹੜਾ ਹੈ ਉਹ ਕੰਪੋਸਟ ਬਣ ਜਾਂਦਾ ਹੈ ਮਿੱਟੀ ਲਈ ਲੇਕਿਨ ਕਈ ਐਸੇ ਵੀ ਹੈ ਜਿਦੇ ਵਿੱਚ 98% ਲਗੀ ਕਈ ਐਸੇ ਵੀ ਹੈ ਜਿਹੜੇ ਉਸ ਫਸਲ ਨੂੰ ਖਰਾਬ ਕਰਦੇ ਨੇ ਜਿਵੇਂ ਫਰੂਟ ਲੱਗਦਾ ਹੈ ਅੰਬ ਦਾ ਫਲ ਲੱਗਦਾ ਹੈ ਤਾਂ ਅੰਬ ਕਈ ਵਾਰ ਜਿਹੜਾ ਹੈ ਪੰਛੀ ਖਰਾਬ ਕਰ ਦਿੰਦੇ ਨੇ ਅੰਬ ਦੇ ਪੇੜ ਦੇ ਉੱਤੇ ਜਿੰਨਾ ਵੀ ਫਲ ਲਗਾਉਂਦਾ ਹੈ ਠੀਕ ਹੈ ਤਾਂ ਉਹ ਜਿਹੜੇ ਹੈ ਉਹ ਹਾਰਮਫੁਲ ਰਹਦੇ ਆਪਾਂ ਅੱਗੇ ਜਾ ਕੇ ਕਰਾਂਗੇ ਅ ਕਿਵੇਂ ਉਹ ਡਿਸਟਰੋਏ ਕਰਦੇ ਆ ਠੀਕ ਹੈ

insect uh, feeds insects to its young one about 250 times so a is useful hai so apne bachyanu din de vich 250 bar jada hai udke jandi hai khana leke aandi hai apne bachyanu feed karan di so dekh rahe ho kinni mehnti hai e house sparrow theek hai ha bat bat then predatory animals predatory birds hoge jivein ki apne kol ullu hove eagle hove jivein cheel wagaira hundi hai na ਇਹ ਸਾਰੇ ਜਿਹੜੇ ਹੈ ਅਗੇਨ ਅ ਲਾਰਜ ਨੰਬਰ ਦੇ ਵਿੱਚ ਅ ਚੂਹਿਆਂ ਨੂੰ ਖਾਂਦੇ ਐ ਸੋ ਇਹ ਚੀਲ ਤਾਂ ਮੇਰੇ ਲਈ ਵਧੀਆ ਹੋ ਗਈ ਈਗਲ ਹੋ ਗਿਆ ਉੱਲੂ ਹੋਵੇ ਤਾਂ ਕਿਤੇ ਕਿਤੇ ਯੂਸਫੁਲ ਵੀ ਹੈ ਇਹ ਕੀ ਖਾਂਦੇ ਐ ਚੂਹੇ ਨੂੰ ਖਾ ਜਾਂਦੇ ਐ ਤਾਂ ਚੂਹਾ ਜਿਹੜਾ ਮੇਰੀ ਫਸਲ ਨੂੰ ਖਰਾਬ ਕਰੇਗਾ ਉਹਨੂੰ ਇਹ ਖਾ ਗਏ ਤਾਂ ਇਹ ਮੇਰੇ ਲਈ ਬੈਨੀਫੀਸ਼ੀਅਲ ਹੈ ਠੀਕ ਹੈ ਹਾਂ ਉਲੂ ਨੂੰ ਕਾਟੀ ਦਿੰਦੇ ਇਹਦਾ ਨਾਮ ਹੀ ਖਰਾਬ ਹੈ ਠੀਕ ਹੈ ਜੀ ਠੀਕ ਹੈ ਦੈਨ ਉਹ ਕਹਿ ਰਹੇ ਨੇ ਕਿ ਸਿੰਗਲ ਉੱਲੂ ਜਿਹੜਾ ਹੈ ਦਿਨ ਦੇ ਵਿੱਚ 4 ਤੋਂ 5 ਚੂਹੇ ਜਿਹੜੇ ਉਹਨੂੰ ਖਾ ਜਾਂਦਾ ਹੈ ਤੇ ਸਮ ਯੂਸਫੁਲ ਬਰਡਸ ਹੁਣ ਕੁਝ ਵਧੀਆ ਬਰਡਸ ਜੋ ਯੂਸਫੁਲ ਹੈ ਮੇਰੀ ਫਸਲ ਦੇ ਵਿੱਚ ਮੈਨੂੰ ਹੈਲਪ ਕਰਨਗੇ ਉਹ ਕਿਹੜੇ-ਕਿਹੜੇ ਬਰਡਸ ਆਪਾਂ ਡੈਫੀਨਿਟਲੀ ਆਪਣੇ ਕੋਲ ਰਹਿੰਦੇ ਹੈ ਆਪਣੇ ਕੋਲ ਪਹਿਲਾ ਜੋ ਯੂਸਲੈਸ ਬਰਡ ਆ ਰਿਹਾ ਹੋਇਆ ਹੈ ਨੀਲ ਕੰਠ ਬਲੂ ਜੇ ਜਿਹਨੂੰ ਅਸੀਂ ਕਹਿੰਦੇ ਆ ਠੀਕ ਹੈ ਬਰਾਊਨ ਕਲਰ ਦੀ ਥੋੜੀ ਜਿਹੀ ਬੋਡੀ ਹੁੰਦੀ ਹੈ ਠੀਕ ਹੈ ਪੇਲ ਬਲੂ ਕਲਰ ਦਾ ਦਾ ਸਾਈਜ਼ ਉਸ ਦਾ ਇਨ ਇਨਸੈਕਟਸ ਫਾਰਮ ਇਟਸ ਮੇਨ ਡਾਈਟ ਤੇ ਤਾਂ ਇਹ ਕਿੰਨਾ ਯੂਸਫੁਲ ਹੈ ਇਨਸੈਕਟ ਜਿਹੜੇ ਕੀੜੇ ਮਕੌੜੇ ਹੈ ਇਹ ਇਹਦੀ ਡਾਈਟ ਦਾ ਹਿੱਸਾ ਹੈ ਫਿਰ ਕੀੜੇ ਮਕੌੜਿਆਂ ਨੂੰ ਖਾਂਦਾ ਹੈ ਤੇ ਕੀੜੇ ਮਕੌੜੇ ਡੈਫੀਨੇਟਲੀ ਜਿਹੜਾ ਹੈ ਮੇਰੀ ਫਸਲ ਨੂੰ ਖਰਾਬ ਕਰ ਸਕਦੇ ਆ ਤਾਂ ਇਹਨਾਂ ਨੂੰ ਖਤਮ ਕਰਦਾ ਇਹ ਬੈਨੀਫੀਸ਼ੀਅਲ ਹੈ ਠੀਕ ਹੈ ਅਮ ਦੈਨ ਆਪਾਂ ਚੱਲ ਰਹੇ ਹਾਂ ਗ੍ਰੇਟ ਠੀਕ ਹੈ ਬੋਲੋ ਕਲੀਅਰ ਹੋ ਗਿਆ ਇਹਨਾਂ ਵਿੱਚੋਂ ਉਹਨਾਂ ਨੇ ਇਦਾਂ ਹੀ ਆਪਸ਼ਨ ਦੇਣਾ ਹੈ ਇਹਨਾਂ ਵਿੱਚੋਂ ਕਿਹੜਾ ਪੰਛੀ ਜਿਹੜਾ ਹੈ ਉਹ ਫਸਲਾਂ ਲਈ ਵਧੀਆ ਹੈ ਜਾਂ ਵਧੀਆ ਨਹੀਂ ਹੈ ਸੋ ਇਦਾਂ ਦੇ ਕੁਐਸਚਨ ਸਾਨੂੰ ਆਣਗੇ ਇਹ ਕੋਈ ਨਹੀਂ ਪੁੱਛੇਗਾ ਨੀਲੀ ਬਾਡੀ ਕਿਦੀ ਸੀਗੀ ਸਫੇਦ ਪੰਛੀ ਕਿਹੜਾ ਸੀ ਇਸ ਫਾਰਮੈਟ ਦੇ ਵਿੱਚ ਕੁਐਸਚਨ ਨਹੀਂ ਆਏਗਾ ਜੋ ਤੁਸੀਂ ਸੁਣ ਰਹੇ ਹੋ ਨਾ ਕਿ ਮੈਂ ਕਲਾਸ ਦੇ ਵਿੱਚ ਕੀ ਪੜ ਰਿਹਾ ਹਾਂ ਮੈਂ ਹੁਣ ਐਗਰੀਕਲਚਰ ਤੁਸੀਂ ਤੁਹਾਡੇ ਵਿੱਚੋਂ ਕਿਸੇ ਨੇ ਐਗਰੀਕਲਚਰ ਦੇ ਵਿੱਚ ਪੀਐਚਡੀ ਤਾਂ ਨਹੀਂ ਕਰਨੀ ਆਪਾਂ ਇਹਦੇ ਵਿੱਚੋਂ ਉਹ ਚੀਜ਼ਾਂ ਚੱਕਣੀਆਂ ਹੈ ਜੋ ਮੇਰੇ ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਹਨ ठीक है, है, है।, so, है, है मैं कि वर्ड जूजफुल है सो ब्लू जे नीलकंठ ठीक है याद कर मैं मैंने सवाल पूछने जे किसी ने गलत जवाब दिते तो देखियो फिर नैक्सट अपने को आ रहा है टटीरी रेड वेटल्ड लैप विंग ए फोटो मैं इनकलूड की तुम याद हो जाएगा ठीक है ए खाने के जोड़ा है ਆਪਣੇ ਕੋਲ ਕੀ ਹੈ ਇਟਸ ਫੂਡਸ ਕੰਪਰਾਈਜ਼ਸ ਅਗੇਨ ਇਨਸੈਕਟਸ ਤੇ ਸਨੇਲ ਤੇ ਆਪਣਾ ਜਿਹੜਾ ਕੋਸਲਾ ਹੈ ਜਮੀਨ ਤੇ ਹੀ ਬਣਾਉਂਦਾ ਹੈ ਤੁਸੀਂ ਵੀ ਕਈ ਵਾਰ ਦੇਖਿਆ ਹੋਣਾ ਖੇਤਾਂ ਦੇ ਵਿੱਚ ਇਹਨੂੰ ਹੈਨਾ ਇੱਕ ਆਪਣੇ ਕੋਲ ਬਲੈਕ ਏਜੀ ਦੇ ਦੀ ਬਾਡੀ ਬਲੈਕ ਹੈ ਕ ਆਪਣੇ ਕੋਲ ਬਿਲਕੁਲ ਸਫੇਦ ਵੀ ਹੁੰਦਾ ਹੈ ਉਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਠੀਕ ਹੈ ਅ ਡਨ ਹੋ ਗਿਆ ਕਲੀਅਰ ਨਾਮ ਯਾਦ ਕਰਦੇ ਜਾਓ ਬਸ ਦੈਨ ਆਪਣੇ ਕੋਲ ਆ ਰਿਹਾ ਹੈ ਕੈਟਲ ਐਰਗੇਟ ਜਿਹਨੂੰ ਅਸੀਂ ਕਹਿੰਦੇ ਆ ਗਾਇ ਬਗਲਾ ਬਗਲੇ ਦੀ ਕੈਟਾਗਰੀ ਹੈ ਠੀਕ ਹੈ ਸੋ ਇਹਦਾ ਕਲਰ ਜਿਹੜਾ ਹੈ ਕਲਰ ਆਫ ਦਿਸ ਵਰਡ ਇਟ ਇਸ ਵਾਈਟ ਹੈ ठीक तो है सो एव जे है जिम्मे ट्रैक्टर उड़ के कई बार बैठा होंगे ऑलमोस्ट सारे ही जनसैक्ट्स खाते हैं कीड़े मकौड़े खाते हैं ठीक है, है बस नाम लॉन करते जाओ एन आप चल रहे हाँ ग्रेट अर्शदीप फिर अपने को आ रहा है छोटा उलू चुगन जिन्होंने स्पोटेड आउलेट भी कहने यहाँ है ਚੂਏ ਹੋ ਗਏ ਚਿਪਕਲੀ ਹੋ ਗਈ ਹੋਰ ਕੀੜੇ ਮਕੌੜੇ ਹੋ ਗਏ ਤੇ ਪੇੜਾਂ ਦੇ ਵਿੱਚ ਆਪਣੇ ਕੋਸਟਲੇ ਜਿਹੜੇ ਹੈ ਬਣਾ ਕੇ ਰਹਿੰਦੇ ਹੈ ਠੀਕ ਹੈ ਨਾਮ ਯਾਦ ਹੋ ਗਿਆ ਅਗਲਾ ਚੱਲੋ ਅਗਲਾ ਆ ਰਿਹਾ ਹੁਣ ਆਪਾਂ ਕਰ ਰਹੇ ਹੰਮਫੁਲ ਹੁਣ ਤੱਕ ਪਿੱਛੇ ਆਪਾਂ ਕਿਹੜੇ ਕੀਤੇ ਸਾਰੇ ਉਹ ਵਾਲੇ ਪੰਛੀ ਜਿਹੜੇ ਕਿ ਯੂਸਫੁਲ ਹੈ ਫਿਰ ਰਿਵਾਈਜ਼ ਕਰ ਲਓ ਇੱਕ ਵਾਰ ਲਰਨ ਕਰਕੇ ਜਾਓ ਠੀਕ ਹੈ ਬਲੂ ਜੇ ਸੀਗਾ ਆਪਣੇ ਕੋਲ ਬੀਲਕੰਠ ਟਟਿਰੀ ਰੈਡ ਵਾਟਰਡ ਲੈਪਵਿੰਗ ਕੈਟਲ ਐਰਗੇਟ ਰਾਏ ਬਗਲਾ ਗਾਏ ਬਗਲਾ ਦੇ ਸਪੋਟਡ ਆਉਲੇਟ ਜਿਹਨੂੰ ਅਸੀਂ ਛੋਟਾ ਉੱਲੂ ਅਸੀਂ ਕਹਿੰਦੇ ਆ ਇਹ ਯੂਸਫੁਲ ਵਾਲੀ ਕੈਟਾਗਰੀ ਹੈ ਸਾਡੇ ਵਾਸਤੇ ਵਧੀਆ ਹੈ ਸਾਡੀ ਫਸਲ ਵਾਸਤੇ ਵਧੀਆ ਹੈ ਹਾਰਮਫੁਲ ਐਨੀਮਲਸ ਦੀ ਕੈਟਾਗਰੀ ਵਿੱਚ ਕਿਵੇਂ ਆਣਗੇ ਸਭ ਤੋਂ ਜ਼ਰੂਰੀ ਹੈ ਰੈਟਸ ਚੂਹੇ ਜਿਹੜੀ ਮੇਰੀ ਫਸਲ ਨੂੰ ਜਿਹੜਾ ਹੈ ਖਰਾਬ ਕਰਦੇ ਹੈ ਐਵਰੇਜ ਡੈਮੇਜ ਉਹ ਕਹ ਰਹੇ ਨੇ 2.9% ਹੁੰਦਾ ਹੈ ਸਪਰਾਉਟਿੰਗ ਦੇ ਟਾਈਮ ਤੇ ਰਾਈਪ ਜਦੋਂ ਫਸਲ ਪੱਕਦੀ ਹੈ ਜਦੋਂ ਫਸਲ ਦੇ ਵਿੱਚੋਂ ਫੁੱਲ ਨਿਕਲਦਾ ਹੈ ਉਹ ਸਾਰੀ ਚੀਜ਼ਾਂ ਦੇ ਟਾਈਮ ਤੇ ਚੂਹੇ ਜਿਹੜੇ ਹੈ मेजर डैमेज मेजर नुकसान है जो हैॉप न ठीक है सो इतने अपने को कुछ मैं हाईलाइट कर देते हैं कि किस किस तरह अपने को चूहे है नरम चमड़ी वाला चूहा है अन्ना चूहा है ठीक है पूरा चूहा है घर की चूही है इंडियन बुश रैट है इंडियन गैबरेज शॉर्ट टेल्ड मोल रैट जिमें कि उन्हें कमेंट्स भी आंसर है जी मोल रैट ये भी रेस्पोंसिबल है ठीक है देन द ब्राउन स्पाइनी ਮਾਊਸ ਸੋ ਨਰਮ ਚਮੜੀ ਵਾਲਾ ਚੂਹਾ ਕਣਕ ਚੋਨਾ ਤੇ ਗੰਨੇ ਜਿਹੜੇ ਹੈ ਉਹਨਾਂ ਨੂੰ ਖਰਾਬ ਕਰਦਾ ਹੈ ਠੀਕ ਹੈ ਦੈਨ ਉਸ ਤੋਂ ਬਾਅਦ ਆ ਰਿਹਾ ਇੰਡੀਅਨ ਮੋਲ ਰੈਟ ਜਿਹੜਾ ਹੈ ਉਹ ਸਭ ਤੋਂ ਐਸਾ ਇੱਕ ਚੂਹਾ ਹੈ ਜੋ ਜ਼ਿਆਦਾਤਰ ਪੈਡੀ ਤੇ ਵੀਟ ਐਂਡ 슈ਗਰ ਕੇਨ ਗਰੋਇੰਗ ਏਰੀਆਜ਼ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਇਹ ਚੂਹਾ ਜਿਹੜਾ ਹੈ ਸਭ ਤੋਂ ਜ਼ਿਆਦਾ ਰਿਸਪੌਂਸਿਬਲ ਹੈ ਫਸਲ ਨੂੰ ਖਰਾਬ ਕਰਨ ਲਈ ਇਹ ਚੂਹੇ ਦੀ ਪੋਪੂਲੇਸ਼ਨ ਬੜੀ ਜ਼ਿਆਦਾ ਹੈ ਠੀਕ ਹੈ ਹਾਂ ਚੂਹਿਆਂ ਦੀ ਬੜੀ ਕੈਟਾਗਰੀ ਹੈ ਦੇਖ ਰਹੇ ਹੋ ਸੋ ਬੀਟ ਏਰੀਆਜ਼ ਹੈਵ ਪ੍ਰੀਡੋਮਿਨੈਂਟ ਪੋਪੂਲੇਸ਼ਨ ਆਫ ਇੰਡੀਅਨ ਮੋਲ ਰੈਟ ਵਾਈਲ ਕਾਂਡੀ ਏਰੀਆਜ਼ ਹੈਵ ਇੰਡੀਅਨ ਗੈਬਰਲ ਐਂਡ ਇੰਡੀਅਨ ਬੁਸ਼ ਰੈਟ ਸੋ ਜਿਵੇਂ ਕਿ ਹੁਸ਼ਿਆਰਪੁਰ ਵਗੈਰਾ ਦੀ ਡਿਸਟ੍ਰਿਕਟ ਹੋ ਗਈ ਉੱਥੇ ਇਹ ਨਾ ਚੂਹਿਆਂ ਦੀ ਵੈਰਾਈਟੀ ਵੀ ਜਿਹੜੀ ਹੈ ਅਲੱਗ-ਅਲੱਗ ਹੈ ਠੀਕ ਹੈ ਕਿਸੇ ਏਰੀਆ ਵਿੱਚ ਕਿਸ ਤਰ੍ਹਾਂ ਦੀ ਚੂਹੇ ਦੀ ਵੈਰਾਈਟੀ ਹੈ ਕਿਸੇ ਏਰੀਆ ਵਿੱਚ ਕਿਸ ਤਰ੍ਹਾਂ ਦੇ ਚੂਹੇ ਦੀ ਵੈਰਾਈਟੀ ਹੈ ਓਵਰਆਲ ਨਾਮ ਸੁਣ ਲੈ ਠੀਕ ਹੈ ਥੋੜਾ ਜਿਹਾ ਬਸ ਇਹਨੂੰ ਦਿਮਾਗ ਦੇ ਵਿੱਚ ਰੱਖਣਾ ਠੀਕ ਹੈ ਚਲਿਏ ਨੈਕਸਟ ਆਪਾਂ ਕਰ ਰਹੇ ਆ ਹਾਰਮਫੁਲ ਬર્ડਸ ਪਹਿਲੇ ਆਪਾਂ ਕੀਤੇ ਵਧੀਆ ਵਾਲੇ ਪੰਛੀ ਹੁਣ ਆਪਾਂ ਚੱਲ ਰਹੇ ਆ ਪੰਛੀ ਜੋ ਮੇਰੀ ਫਸਲ ਨੂੰ ਜਿਹੜਾ ਹੈ ਖਰਾਬ ਕਰ ਸਕਦੇ ਠੀਕ ਹੈ ਰੋਜ਼ ਰਿੰਗਡ ਪੈਰਾਕੀਟ ਰੋਜ਼ ਰਿੰਗਡ ਪੈਰਾਕੀਟ ਨੂੰ ਪੰਜਾਬੀ ਦੇ ਵਿੱਚ ਜੇ ਤੁਹਾਨੂੰ ਤੋਤਾ ਨਾਮ ਨਜ਼ਰ ਆਏਗਾ ਲੇਕਿਨ ਰੋਜ਼ ਰਿੰਗਡ ਪੈਰਾਕੀਟ ਜੋ ਇੰਗਲਿਸ਼ మీడియం ਵਾਲੇ ਬੱਚੇ ਹੈ ਉਹ ਵੀ ਇਸ ਨਾਮ ਨੂੰ ਯਾਦ ਰੱਖਣ ਤੇ ਇਹ ਬर्ड ਜਿਹੜਾ ਹੈ ਇਹ ਐਗਰੀਕਲਚਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਦੇਣ ਵਾਲਾ ਪੰਛੀ ਹੈ ਇਹ ਡੈਮੇਜ ਜਿਹੜਾ ਹੈ ਗ੍ਰੇਨ ਤੇ ਫਰੂਟ ਚਾਹੇ ਉਹ ਗ੍ਰੇਨ ਵਾਲੀ ਕ੍ਰੌਪ ਹੋਵੇ ਚਾਹੇ ਉਹ ਫਲ ਵਾਲੀ ਕ੍ਰੌਪ ਹੋਵੇ ਦੋਨਾਂ ਨੂੰ ਬਹੁਤ ਜ਼ਿਆਦਾ ਡੈਮੇਜ ਜਿਹੜਾ ਹੈ ਇਹ ਕ੍ਰੀਏਟ ਕਰਦਾ ਹੈ ਐਕਸਕਲੂਸਿਵਲੀ ਸਭ ਤੋਂ ਇਹਦਾ ਫੇਵਰੇਟ ਕ੍ਰੌਪ ਕਿਹੜੀ ਹੈ ਸਨਫਲਾਵਰ ਸਨਫਲਾਵਰ ਸਰੋਂ ਜਿਹੜੀ ਹੈ ਇਹਨੂੰ ਸਭ ਤੋਂ ਜ਼ਿਆਦਾ ਡੈਮੇਜ ਜਿਹੜਾ ਹੈ ਕ੍ਰੀਏਟ ਕਰਦੀ ਹੈ ਉਸ ਤੋਂ ਇਲਾਵਾ ਆਪਣੇ ਕੋਲ ਕੁੱਗੀਆਂ ਕਬੂਤਰ ਠੀਕ ਹੈ ਇਹ ਸਾਰੇ ਜਿਹੜੇ ਹੈ ਰਹਿੰਦੇ ਹੈ ਜੋ ਕਿ ਗਡਾਊਨਸ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੇ ਜਿਵੇਂ ਕਬੂਤਰ ਜਿਹੜੇ ਹੈ ਜਾ ਕੇ ਗਡਾਊਨ ਦੇ ਵਿੱਚ ਦਿਖਦੇ ਆ ਜਿੱਥੇ ਫਸਲ ਸਟੋਰ ਕੀਤੀ ਜਾਂਦੀ ਹੈ ਠੀਕ ਹੈ ਜਿਸੇ ਫਸਲ ਜਿਹੜੀ ਉਹ ਸਟੋਰ ਕੀਤੀ ਜਾਂਦੀ ਹੈ ਤਾਂ ਉਥੇ ਆਪਾਂ ਨੂੰ ਇਹ ਸਾਰੇ ਨਜ਼ਰ ਆਉਂਦੇ ਲੇਕਿਨ ਰੋਜ਼ ਰਿੰਗਡ ਪੈਰਾਕੀਟ ਜਾਂ ਆਪਸ਼ਨ ਦੇ ਵਿੱਚ ਪੰਜਾਬੀ ਮੀਡੀਅਮ ਦੇ ਵਿੱਚ ਤੁਹਾਨੂੰ ਤੋਤਾ ਨਜ਼ਰ ਆ ਜਾਏ ਦੋਨੋਂ ਸਭ ਤੋਂ ਜ਼ਿਆਦਾ ਹਾਰਮਫੁਲ ਹੈ ਤੇ ਦੀ ਪਸੰਦੀ ਦਾ ਜਿਹੜੀ ਹੈ ਉਹ ਕਿਹੜੀ ਹੈ ਸਰੋਂ ਠੀਕ ਹੈ ਓਕੇ ओके सॉरी सूरजमुखी ठीक है देन अब आगे चल रहे हैं मैनेजमेंट मेथड कौन मैनेजमेंट दे की-की मेथड -की हो सकते हैं बता सकते हूं कि आपा इन पंछियों ਨੂੰ स्क्वेयर ਕਰੋ वगैरह जड़े हैं आपा लगा सकते हैं है ना और की-की मैनेजमेंट ਕੀਤਾ जा सकता है जैसे गन शॉट्स करना फॉल्स गन शॉट जड़े हैं डिफरेंट इंटरवल्स पे आपा फायर कर सकते हैं ताकि इन पंछियों ਨੂੰ जड़ा है उड़ाया जा सके ਠੀਕ ਹੈ ਇਹ ਮੈਥਡਸ ਹੋ ਸਕਦੇ ਆ ਆਪਣੇ ਕੋਲ ਠੀਕ ਹੈ ਥੈਨ ਆਪਣੇ ਕੋਲ ਸਕੁਅਰ ਕਰੋਸ ਹੋ ਸਕਦੇ ਹੈ ਲੇਕਿਨ ਸਕੁਅਰ ਕਰੋਸ ਦੇ ਵਿੱਚ ਇੱਕ ਆਪਣੀ ਥੋੜੀ ਜੀ ਡਿਟੇਲ ਆਪਾਂ ਕਰਨੀ ਹੈ ਕਿ ਇਹਨੂੰ ਆਪਾਂ ਜਿਹੜੀ ਆਪਣੀ ਕ੍ਰੋਪ ਦੀ ਹਾਈਟ ਹੈ ਸਾਡੀ ਫਸਲ ਦੀ ਹਾਈਟ ਹੈ ਉਹਦੇ ਉੱਤੇ ਉਹਦੇ ਤੋਂ ਕੁਝ 1 ਮੀਟਰ ਅਬਵ ਜਿਹੜਾ ਹੈ ਆਪਾਂ ਰੱਖਦੇ ਆ ਠੀਕ ਹੈ ਅ ਥੈਨ ਮਾਂਸਾ ਦੇ ਅਨਪੜ ਚੂਹੇ ਠੀਕ ਹੈ ਗ੍ਰੇਟ ਠੀਕ ਹੈ then ਆਪਾਂ ਕਹਿ ਰਹੇ ਹਾਂ ਹੈਂਗਿੰਗ ਆਫ ਡਮੀਜ਼ ਆਫ ਕਰੋਜ਼ ਮਤਲਬ ਨਕਲੀ ਕਾਂ ਜਿਹੜੇ ਹੈ ਉਹਨਾਂ ਨੂੰ ਲਗਾ ਦਿੱਤਾ ਹੈ ਨਾ ਖੇਤ ਦੇ ਵਿੱਚ ਤਾਂ ਕਿ ਦਿਖਾਇਆ ਜਾ ਸਕੇ ਕਿ ਹਾਂ ਇੱਥੇ ਨਕਲੀ ਕਾਂ ਹੈ ਜਿਵੇਂ ਮੈਨਾ ਵਗੈਰਾ ਹੈ ਕਰੋਜ਼ ਐਂਡ ਮੈਨਸ ਵਿਲ ਲੀਵ that place ਇਵਨ ਪੈਰਾਕੀਟਸ ਉਥੇ ਨਹੀਂ ਆਣਗੇ ਠੀਕ ਹੈ ਕਿ ਇੱਥੇ ਫਾਲਸ ਜਿਹੜੇ ਹੈ ਲਾ ਰੱਖੇ ਹੈ ਕਾਂ ਦੀ ਡੰਮੀਆਂ ਠੀਕ ਹੈ then insect pest for the crops ਆਪਾਂ crops ਦੇ ਉਤੇ ਅ ਪੈਸਟਸਾਈਡ ਜਿਹੜਾ ਹੈ ਉਹਨੂੰ ਅ ਗ੍ਰੇਟ ਸੁਖ ਇਹ ਆਪਣੇ ਕੋਲ ਕੁਝ ਪ੍ਰੈਕਟੀਕਲ ਮੈਥਡ ਵੀ ਆ ਗਏ ਬਹੁਤ ਵਧੀਆ ਠੀਕ ਹੈ ਸੋ ਅ ਪੈਸਟ ਜਿਹੜੇ ਹੈ ਉਹਨੂੰ ਆਪਾਂ ਯੂਜ਼ ਕਰ ਲੈ ਕਰ ਸਕਦੇ ਆ ਮੇਨਲੀ ਆਪਣੇ ਕੋਲ ਡਿਫਰੈਂਟ ਟਾਈਪਸ ਆਫ ਪੈਸਟ ਜਿਹੜੇ ਰਹਿੰਦੇ ਹੈ ਇਹ ਪੈਸਟ ਜਿਹੜੇ ਹੈ ਅ ਸਕ ਸੈਪ ਫਰੋਮ ਦ ਲੀਫਸ ਜਿਹੜੇ ਪੱਤੇ ਹੁੰਦੇ ਆ ਉਹਨਾਂ ਵਿੱਚੋਂ ਰਸ ਜਿਹੜਾ ਹੈ ਉਹਨੂੰ ਚੂਸ ਲੈਂਦੇ ਐ ਠੀਕ ਐ ਤੇ ਮੰਨ ਲਓ ਅ ਡਿਫਰੈਂਟ ਕੈਟਾਗਰੀਜ਼ ਨੇ ਦੇਖੋ ਆਪਣੇ ਕੋਲ ਪੈਸਟ ਦੀਆਂ ਮੇਨਲੀ ਚਾਰ ਕੈਟਾਗਰੀ ਆਫ ਪੈਸਟ ਜਿਹੜੇ ਆਪਾਂ ਨੂੰ ਨਜ਼ਰ ਆਉਂਦੇ ਪਹਿਲੀ ਕੈਟਾਗਰੀ ਕਿਹੜੀ ਹੁੰਦੀ ਹੈ ਜਿਹੜੀ ਪੱਤਿਆਂ ਦੇ ਵਿੱਚੋਂ ਸੈਪ ਨੂੰ ਰਸ ਚੂਸਦੀ ਹੈ ਠੀਕ ਐ ਹੁਣ ਪੱਤੇ ਦੇ ਵਿੱਚੋਂ ਰਸ ਚੂਸ ਲੈਣ ਪੱਤੇ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਹੈ ক্লোਰੋਫਿਲ ਜ ਜਿਸ ਕਹਿੰਦੇ ਨੇ ਲੀਫ ਜਿਹੜਾ ਹੁੰਦਾ ਪੱਤਾ ਜਿਹੜਾ ਹੁੰਦਾ ਕਿਚਨ ਹੁੰਦਾ ਹੈ ਪlant ਦੀ ਪlant ਦੀ ਕਿਚਨ ਕਿਹਾ ਜਾਂਦਾ ਹੈ ਕਿ ਸਾਰਾ ਖਾਣਾ ਜਿਹੜਾ ਹੈ ਪੱਤੇ ਦੇ ਵਿੱਚ ਹੀ ਬਣਦਾ ਹੈ ਜੋ ਇਸ ਵੇਲੇ ਇਹ ਇਨਸੈਕਟ ਜਿਹੜੇ ਹੈ ਸੈਲ ਲੀਫ ਦਾ ਜਿਹੜਾ ਸੈਪ ਹੈ ਉਹਨੂੰ ਸੱਕ ਕਰ ਲੈਂਦੇ ਹੈ ਤਾਂ ਕਲੋਰੋਫਿਲ ਦੇ ਲਾਸਟ ਦੇ ਕਾਰਨ ਹੋਰ ਵਾਈਟਲ ਨਿਊਟਰੀਐਂਟਸ ਵੀ ਜਿਹੜੇ ਹੈ ਪlant ਦੇ ਵਿੱਚ ਲਾਸਟ ਹੋ ਜਾਂਦੇ ਹੈ ਪਲੱਸ ਇਸ ਤੋਂ ਇਲਾਵਾ ਪlant ਦੀ ਜਿਹੜੀ ਫੋਟੋਸਿੰਥਸਿਸ ਕਰਨ ਦੀ ਕਪੈਸਿਟੀ ਹੈ ਫੋਟੋਸਿੰਥਸਿਸ ਦੇ ਨਾਲ ਪlant ਆਪਣਾ ਖਾਣਾ ਜਿਹੜਾ ਹੈ ਉਹਨੂੰ ਬਣਾਉਂਦਾ ਹੈ ਉਹ ਕਪੈਸਿਟੀ ਜਿਹੜੀ ਹੈ ਉਹ ਵੀ ਰਿਡਿਊਸ ਹੋ ਜਾਂਦੀ ਹੈ ਠੀਕ ਹੈ ਕਾਮਨ ਐਗਜ਼ਾਮਪਲ ਆਪਣੇ ਕੋਲ ਜਿਹੜਾ ਆ ਰਿਹਾ ਹੈ ਉਹ ਆਪਣੇ ਕੋਲ ਆਦਾ ਹੈ ਅਫਿਡਸ जैस इट्स वाइट फ्लाई बग ये अपने ने जो लीफ सक करने वाले पेस्ट है ठीक है कीड़े है ओके ओके ग्रेट ठीक है ਚਲੋ ਨੈਕਸਟ ਆਪਾਂ ਚੱਲ ਰਹੇ ਹਾਂ ਫਰੂਟ ਐਂਡ ਸ਼ੂਟ ਬੋਰਰਸ ਠੀਕ ਹੈ ਫਲ ਤੇ ਤਣੇ ਦੇ ਵਿੱਚ ਜਿਹੜੇ ਹੈ ਛੇਦ ਕਰਨ ਵਾਲੇ ਆਪਣੇ ਕੋਲ ਵੀ ਕੁਝ ਕੀੜੇ ਜਿਹੜੇ ਆਪਾਂ ਨੂੰ ਨਜ਼ਰ ਆਉਂਦੇ ਹੈ ਇਹ ਐਂਟਰ ਕਰਦੇ ਹੈ ਐਂਡ ਫੀਡ ਵਿਦੀਨ ਡਿਫਰੈਂਟ ਪਲਾਂਟ ਪਾਰਟਸ ਠੀਕ ਹੈ ਪlant ਦੇ ਡਿਫਰੈਂਟ ਪਾਰਟਸ ਲੋ ਤਾਂ ਜਿਵੇਂ ਫਲ ਹੈ ਫਰੂਟ ਦੇ ਉੱਤੇ ਫੀਡ ਕਰਨਾ ਠੀਕ ਹੈ ਜਿਹੜਾ ਤਣਾ ਹੈ ਪੌਦੇ ਦਾ ਔਰ ਪੇੜ ਦਾ ਉਹਦੇ ਉੱਤੇ ਹੋਲਜ਼ ਕਰ ਦੇਣਾ ਮੋਰੀਆਂ ਕਰ ਦੇਣਾ ਇਹ ਸਾਰੇ ਜਿਹੜੇ ਹੈ ਇਹਦਾ ਇਫੈਕਟ ਕਰਦੇ ਹੈ ਫਿਰ ਆਪਣੇ ਕੋਲ ਆ ਰਹੇ ਸ਼ੂਟ ਬੋਰਰਸ ਅਗੇਨ ਸਿਰਫ ਤਨੇ ਦੇ ਉੱਤੇ ਛੇਦ ਕਰਨ ਵਾਲੇ ਠੀਕ ਹੈ ਇਹ ਹੋਲ ਕਰ ਦਿੰਦੇ ਨੇ ਪlant ਦੀ ਸਟੈਮ ਤੇ ਠੀਕ ਹੈ ਉਹਦੇ ਵਿੱਚ ਛੇਦ ਕਰਦੇ ਹੈ ਠੀਕ ਹੈ ਐਂਡ ਮੇਕਸ ਡੈਡ ਹਾਰਟਸ ਬਾਏ ਵਿੱਚ ਪlant ਜਿਹੜਾ ਹੈ ਉਹ ਸੁੱਕ ਕੇ ਮਰ ਜਾਂਦਾ ਹੈ ਜਿਵੇਂ ਕਿ ਜ਼ਿਆਦਾਤਰ ਚਾਵਲ ਹੋ ਗਿਆ ਗੰਨਾ ਹੋ ਗਿਆ ਪਿੰਕ ਸਟੈਮ ਬੋਰਰ ਹੋ ਗਿਆ ਮੇਜ਼ ਹੋ ਗਿਆ ਇਹ ਸਾਰੇ ਕ੍ਰੌਪਸ ਦੇ ਉੱਤੇ ਆਪਣਾ ਜ਼ਿਆਦਾਤਰ ਜਿਹੜਾ ਅ ਅਟੈਕ ਹੁੰਦਾ ਹੈ ਉਹ ਤਨਾ ਛੇਦ ਕਰਨ ਵਾਲੇ ਕੀੜੇ ਦਾ ਹੀ ਹੁੰਦਾ ਹੈ ਠੀਕ ਹੈ ਓਕੇ CO2 ਲੈ ਕੇ ਆਕਸੀਜਨ ਛੜਨਾ ਫੋਟੋਸਿੰਥਸਿਸ ਯੈਸ ਦੈਨ ਆਪਣੇ ਕੋਲ ਆ ਰਹੇ ਫੂਡ ਬੋਰਰਸ ਫਲ ਅ ਛੇਦਕ ਕੀੜੇ ਹੋ ਗਏ ਠੀਕ ਹੈ ਇਹਦੇ ਵਿੱਚ ਆਪਣਾ ਤੋਤਾ ਵੀ ਆਂਦਾ ਹੈ ਪੈਰਟ ਠੀਕ ਹੈ ਇਹ ਵੀ ਜਿਹੜੇ ਹੈ ਫਲ ਨੂੰ ਖਰਾਬ ਕਰਦੇ ਆ ਠੀਕ ਹੈ ਏ ਡਿਸਟਰੋਏ ਕਰ ਦਿੰਦੇ ਹੈ ਮੈਚੂਰਿੰਗ ਫਰੂਟਸ ਨੂੰ ਜਿਵੇਂ ਆਪਾਂ ਕਈ ਵਾਰ ਮੋਸਟ ਕਾਮਨ ਐਗਜ਼ੈਂਪਲ ਜਿਹੜਾ ਆਪਣੇ ਕੋਲ ਹੈ ਅੰਬ ਦਾ ਪੇੜ ਹੈ ਹੈਨਾ ਅੰਬ ਦੇ ਪੇੜ ਦੇ ਵਿੱਚ ਬਹੁਤ ਫ੍ਰੀਕੁਐਂਟਲੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਫਲ ਜਿਹੜਾ ਹੈ ਉਹਨੂੰ ਖਰਾਬ ਕੀਤਾ ਹੋਇਆ ਹੈ ਪੰਛੀਆਂ ਨੇ ਹੈਨਾ ਸੋ ਇਹਦੇ ਸਿੰਪਟਮਸ ਕੀ ਹੋ ਸਕਦੇ ਹੈ ਕੈਨ ਬੀ ਡੈਮੇਜਡ ਫ্রম ਦਾ ਐਕਸਕ੍ਰੀਟਾ ਆਫ ਦਾ ਪਲਾਂਟ ਸਾਨੂੰ ਐਗਜ਼ੈਂਪਲ ਕਾਟਨ ਬੋਲਵਾਰਮਸ ਬ੍ਰਿੰਜਲ ਫਰੂਟ ਐਂਡ ਸ਼ੂਟ ਬੋਰਰਸ ਹੂ ਕਾਟਨ ਬੋਲਵਾਰਮਸ ਦੇ ਕੇਸ ਦੇ ਵਿੱਚ ਵੀ ਸਾਨੂੰ ਇਹ ਡਿਸਟਰਕਸ਼ਨ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਠੀਕ ਹੈ ਅ ਐਂਡ ਇੱਕ ਜ਼ਰੂਰੀ ਫੀਚਰ ਕੀ ਹੈ ਜਿਹੜੇ ਇਹ ਅ ਫਰੂਟ ਵਾਲੇ ਅ ਡਿਸਟਰੋਇਰ ਹੁੰਦੇ ਨੇ ਇਹ ਕੀ ਹੁੰਦੇ ਨੇ ਫਰੂਟ ਦੇ ਉੱਤੇ ਜਦੋਂ ਇਹਨੂੰ ਡਿਸਟਰੋਏ ਕਰਦੇ ਨੇ ਆਪਣਾ ਇੱਕ ਸਕਰੀਟਾ ਜਿਹੜਾ ਹੈ ਉਸੀ ਫਰੂਟ ਦੇ ਉੱਤੇ ਛੱਡਦੇ ਨੇ ਜਿਹੜਾ ਫਰਦਰ ਫਰੂਟ ਨੂੰ ਜਿਹੜਾ ਹੈ ਖਰਾਬ ਕਰਦਾ ਰਹਿੰਦਾ ਹੈ ਠੀਕ ਹੈ ਅ ਓਕੇ ਇਹ ਤੁਹਾਨੂੰ ਲਰਨ ਹੋ ਜਾਣਗੇ ਦੋ ਤਿੰਨ ਵਾਰ ਰਿਵਾਈਜ਼ ਕਰੋਗੇ थोड़े बहुत आई नो थोड़े जे डिफिकल्ट बॉल बॉम्स हो गया ब्रिंजल फ्रूट हो गया लेकिन बार बार जो सेम पी डी एफ तो लर्न करते जाओगे ना चीज़ा आपे लर्न हो जाएगी कि अपने को टाइम है ठीक है एंड देखो पता कि कई बार जरूरी नहीं कि सारी चीज़ें मेमोराइज़ करनी है एक बार हूँ आपकुएंस के पढ़िया कि हाँ ये वाले पक्षी जड़े है वो वीया है ए वाले पक्षी जोड़े माड़े है वधिया वाले एक सिकुवेंस के पढ़िया ना अखा जो एक बार क्डिया होयाश्न देख के अपने आप याद आ जाएगा ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ ਲਾਸਟ ਟਾਈਮ ਦਾ ਅਗਰ ਤੁਸੀਂ ਐਗਰੀਕਲਚਰ ਦੇਖੋ ਤਾਂ ਬਹੁਤ ਜ਼ਿਆਦਾ ਟਫ ਨਹੀਂ ਹੈ ਠੀਕ ਹੈ ਆਪਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ ਕਿ ਆਪਾਂ ਕਿਸੇ ਚੀਜ਼ ਨੂੰ ਅਨਟਚ ਨਾ ਛੱਡੀਏ ਸਿਰਫ ਕਈ ਚੀਜ਼ਾਂ ਸਿਰਫ ਸੁਣਨ ਵਾਲੀਆਂ ਹੀ ਹੈ ਠੀਕ ਹੈ ਹੁਣ ਫੋਟੋਸਿੰਥੈਸਿਸ ਵਾਲਾ ਤੁਹਾਨੂੰ ਪੇਪਰ ਦੇ ਵਿੱਚ ਆਏਗਾ ਸੁਣਿਆ ਹੋਇਆ ਹੈ ਦੁਬਾਰਾ ਇਹਨੂੰ ਪੜਨ ਦੀ ਲੋੜ ਨਹੀਂ ਆਉਂਦੀ ਬਸ ਹੁਣ ਤੁਸੀਂ ਪੀਡੀਐ ਵਿੱਚੋਂ ਬੇਸਿਕ ਬੇਸਿਕ ਅ ਚੀਜ਼ਾਂ ਨੂੰ ਕੱਢ ਕੇ ਬਸ ਲਰਨ ਕਰਨਾ ਹੈ ਸਾਰਾ ਕੁਝ ਹੁਣੇ ਡਿਟੇਲ ਦੇ ਵਿੱਚ ਕਰ ਰਹੇ ਹਾਂ ਨਾ ਤਾਂ ਤੁਹਾਨੂੰ ਲੋਡ ਲੱਗ ਰਿਹਾ ਹੈ ਲੈ ਸਿਰਫ ਕਹਾਣੀ ਸਮਝ ਕੇ ਨੂੰ ਚੱਲੋ ਦੈਨ ਆਪਣੇ ਕੋਲ ਆ ਰਿਹਾ ਹੈ ਲੀਫ ਫੀਡਰਸ ਲੀਫ ਫੀਡਰਸ ਕੀ ਹੋ ਰਿਹਾ अगेन ਫੋਟੋਸਿੰਥਸਿਸ ਦਾ ਪ੍ਰੋਸੈਸ ਜਿਹੜਾ ਹੈ ਰਿਡਿਊਸ ਹੋ ਰਿਹਾ ਜੇ ਪੱਤੇ ਖਾਲੇਗਾ ਠੀਕ ਹੈ ਤੇ ਲੀਫ ਦੇ ਉੱਤੇ ਪੱਤੇ ਖਾਣ ਦੇ ਦੋ ਤਰੀਕੇ ਹੁੰਦੇ ਇੱਕ ਹੁੰਦਾ ਹੈ ਲੀਫ ਕਟਿੰਗ ਇਨਸੈਕਟ ਠੀਕ ਹੈ ਪਤਿਆਂ ਨੂੰ ਕੱਟ ਕੇ ਖਾਣ ਵਾਲਾ ਕੀੜਾ ਇਹ ਕੀ ਕਰਦਾ ਹੈ ਇਹਨੂੰ ਅਸੀਂ ਕਹਿੰਦੇ ਆ ਇਹ ਲੀਫ ਹੁੰਦਾ ਹੈ ਮੇਰਾ ਹੈਨਾ ਇਹਨੂੰ ਅਸੀਂ ਕਹਿੰਦੇ ਆ ਮਿਡ ਰਿਬ ਇਹ ਜਿਹੜੀ ਵਿਚ ਵਾਲੀ ਲਾਈਨ ਹੁੰਦੀ ਹੈ ਇਹਨੂੰ ਅਸੀਂ ਮਿਡ ਰਿਬ ਕਹਿੰਦੇ ਆ ਠੀਕ ਹੈ ਕੀ ਹੁੰਦਾ ਜਿਹੜਾ ਲੀਫ ਕਟਿੰਗ ਇਨਸੈਕਟ ਹੁੰਦਾ ਹੈ ਉਹ ਬਾਰਡਰ ਮਾਰਜਿਨ ਤੋਂ ਸ਼ੁਰੂ ਹੁੰਦਾ ਹੈ ਪੱਤਾ ਖਾਂਦੇ ਖਾਂਦੇ ਮਿਡ ਰਿਪ ਤੱਕ ਪਹੁੰਚ ਜਾਂਦਾ ਹੈ ਠੀਕ ਹੈ ਜਿਵੇਂ ਕਿ ਆਰਮੀ ਵਾਰਮ ਹੋ ਗਿਆ ਆਰਮੀ ਕਿਤੇ ਕਰਦੀ ਹੈ ਬਾਰਡਰ ਤੇ ਤਾਂ ਇਹ ਹੋ ਗਿਆ ਨਾ ਬਾਰਡਰ ਤੋਂ ਮਿਡ ਰਿਪ ਤੇ ਜਾਣ ਵਾਲਾ ਕਿਹੜਾ ਹੈ ਆਰਮੀ ਆਰਮੀ ਨੇ ਕਿਹੜੀ ਯੂਨੀਫਾਰਮ ਪਾਈ ਹੁੰਦੀ ਹੈ ਗ੍ਰੇ ਗ੍ਰੇ ਕਲਰ ਦੀ ਯੂਨੀਫਾਰਮ ਗ੍ਰੇ ਵੈਲ ਠੀਕ ਹੈ ਤੇ ਬਾਰਡਰ ਤੇ ਜਾ ਕੇ ਆਰਮੀ ਜਦ ਇਹ ਕਈ ਵਾਰ ਸ਼ਹੀਦ ਵੀ ਹੋ ਜਾਂਦੀ ਹੈ ਤਾਂ ਲਾਲ ਰੰਗ ਦਾ ਖੂਨ ਨਿਕਲਦਾ ਹੈ red pumpkin beetle bolo ehhi sakhe ho gaya la hun main ate khade khade mnemonic mnemonic taknik nata ki tonu yaad ho jaye theek hai study notes kidda milange raman gamboj is pdf di gal kar rahe ho tusi ho gaya mnemonic de naal i think mnemonics tonu help karenge pher tonu kabrad nahi bhegi theek hai challa next de koi doubt nahi hai kisenu then apne kol aa rahe hai leaf mining insect eh jada hai a ਅੱਪਰ ਤੇ ਲੋਅਰ ਐਪੀਡਰਮਿਸ ਆਫ ਲੀਫ ਦੇ ਵਿੱਚ ਜਿਹੜਾ ਹਿੱਸਾ ਹੈ ਇਹ ਉਹਨੂੰ ਖਾਂਦਾ ਹੈ ਠੀਕ ਹੈ ਅੱਪਰ ਤੇ ਲੋਅਰ ਐਪੀਡਰਮਿਸ ਦੇ ਵਿੱਚ ਵਾਲਾ ਹਿੱਸਾ ਜਿਹੜਾ ਹੈ ਉਹਨੂੰ ਖਾਂਦਾ ਹੈ ਹੈਡਾ ਬੀਟਲ ਕੈਬੇਜ ਅ ਬਟਰਫਲਾਈ ਇਟਸੈਟਰਾ ਠੀਕ ਹੈ ওকে ਗ੍ਰੇਟ ਦੈਟਸ ਗ੍ਰੇਟ ਚਲਿਏ ਜੀ ਨੈਕਸਟ ਪਾਰਟ ਤੇ ਹੱਡਾ ਤਾਂ ਤੁਸੀਂ ਯਾਦ ਕਰਦੇ ਹੋ ਜਿਵੇਂ ਬੋਨਸ ਹੁੰਦੀਆਂ ਉਹਨੂੰ ਅਸੀਂ ਹੱਡੀਆਂ ਕਹਿੰਦੇ ਆ ਨਾ ਸੋ ਅਪਰ ਲੋਅਰ ਬਾਡੀ ਹਿਊਮਨ ਬਾਡੀ ਦੇ ਵਿੱਚ ਹੱਡੀਆਂ ਹੀ ਤਾਂ ਹੈ ਠੀਕ ਹੈ ਤੇ ਹੱਡੀਆਂ ਕਿਵੇਂ ਸਟਰੋਂਗ ਕਰ ਸਕਦੇ ਤੁਸੀਂ ਕੈਬੇਜ ਖਾ ਕੇ ਠੀਕ ਹੈ ਓਕੇ ਕਲਾਸ ਦੀ ਪੀਡੀਐਫ ਰਮਨ ਮਿਲੇਗੀ ਟੈਲੀਗ੍ਰam ਚੈਨਲ ਲਾਂਚ ਫਾਰ এডੂਕੇਸ਼ਨ ਪੰਜਾਬ ਤੇ ਠੀਕ ਹੈ ਉਹਨੂੰ ਜੁਆਇਨ ਕਰ ਲਓ ਟੈਲੀਗ੍ਰam ਨੂੰ ਉੱਥੇ ਤੁਹਾਨੂੰ ਮਿਲ ਜਾਏਗੀ ਫਾਈਲ ਅ ਨੈਕਸਟ ਆਪਾਂ ਚੱਲ ਰਹੇ ਹਾਂ ਰੂਟ ਫੀਡਿੰਗ ਇਨਸੈਕਟ ਪੈਸਟ ਸੋ ਇਥੇ ਇਨਸੈਕਟ ਜਿਹੜਾ ਹੈ ਅੰਡਰਗਰਾਉਂਡ ਰੂਟ ਰੂਟ ਦਾ ਮਤਲਬ ਸਮਝ ਜੜ੍ਹਾਂ ਤਾਂ ਅੰਡਰਗਰਾਊਂਡ ਹੀ ਹੁੰਦੀ ਹੈ ਤਾਂ ਅੰਡਰਗਰਾਊਂਡ ਪਾਰਟਸ ਦੇ ਉੱਤੇ ਫੀਡ ਕਰ ਰਿਹਾ ਹੈ ਲੋਅਰ ਪੋਰਸ਼ਨ ਆਫ ਦਾ ਸਟੈਮ ਤੇ ਉਹਨੂੰ ਮਾਰਦਾ ਹੈ ਜਿਵੇਂ ਆਪਣੇ ਕੋਲ ਟਰਮਾਈਟਸ ਹੋ ਗਏ ਵਾਈਟ ਗਰਬ ਹੋ ਗਿਆ ਤੇ ਇਹ ਕਾਫੀ ਸਾਰੀ ਕ੍ਰੌਪਸ ਨੂੰ ਜਿਹੜਾ ਹੈ ਇਫੈਕਟ ਕਰਦੇ ਆ ਠੀਕ ਹੈ ਟਰਮਾਈਟਸ ਇੰਨੇ ਛੋਟੇ ਹੁੰਦੇ ਨਜ਼ਰ ਨਹੀਂ ਆਉਂਦੇ ਮਿੱਟੀ ਦੇ ਥੱਲੇ ਹੀ ਰਹਿੰਦੇ ਆ ਠੀਕ ਹੈ ਵਾਈਟ ਗਰਬ ਐਟ ਸੈਟਰਾ ਡਨ ਹੋ ਗਿਆ ਚੱਲਾ ਨੈਕਸਟ ਪਾਰਟ ਤੇ ਦੈਨ ਆਪਣੇ ਕੋਲ ਆ ਰਹੇ ਹੈ ਕ੍ਰੌਪ ਡਿਜ਼ੀਜ਼ਸ ਹੁਣ ਪਲਾਂਟਸ ਜ਼ਰੂਰੀ ਨਹੀਂ ਹੈ ਕਿ ਪਲਾਂਟਸ ਨੂੰ ਐਕਸਟਰਨਲੀ ਕੋਈ ਕੀੜਾ ਮਕੌੜਾ ਜਿਹੜਾ ਉਹਨੂੰ ਇਫੈਕਟ ਕਰੇ ਆਪਣੇ ਕ੍ਰੌਪ ਦੇ ਕੁਝ ਡਿਜ਼ੀਜ਼ਸ ਵੀ ਰਹਿੰਦੇ ਆ ਡਿਜ਼ੀਜ਼ਸ ਜਿਵੇਂ ਤੁਸੀਂ ਦੇਖਿਆ ਹੋਣਾ ਕਈ ਪੱਤਿਆਂ ਦੇ ਉੱਤੇ ਬਲੈਕ ਬਲੈਕ ਡਾਟਸ ਆ ਜਾਂਦੀ ਹੈ ਕਾਲੀ ਕਾਲੀ ਡਾਟਸ ਆ ਜਾਂਦੀ ਹੈ ਉਹ ਵੀ ਪਲਾਂਟ ਡਿਜ਼ੀਜ਼ ਹੈ ਜਿਵੇਂ ਹਿਊਮਨ ਬੀਇੰਗਸ ਨੂੰ ਫੰਗਲ ਬੈਕਟੀਰੀਅਲ ਵਾਇਰਲ ਡਿਜ਼ੀਜ਼ਸ ਜਿਹੜੇ ਹੈ ਡਿਫਰੈਂਟ ਸਟੇजेस ਆਫ ਗਰੋਥ ਤੇ ਹੁੰਦੇ ਜਿਵੇਂ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਉਹਨੂੰ ਚਿਕਨ ਪੋਕਸ ਵੀ ਹੁੰਦਾ ਹੈ ਹੈਨਾ ਹਰ ਇੱਕ ਬੱਚੇ ਨੂੰ ਛੋਟੇ ਹੁੰਦੇ ਚਿਕਨ ਪੋਕਸ ਹੁੰਦਾ ਹੈ ਸੋ ਇਹ ਸਾਰੇ ਡਿਜ਼ੀਜ਼ ਜਿਹੜੇ ਹੈ ਡਿਫਰੈਂਟ ਗ੍ਰੋਥ ਸਟੇजेस ਤੇ ਜਿਵੇਂ ਆਪਣੇ ਕੋਲ ਜੌਂਡਿਸ ਹੈ ਬੱਚੇ ਨੂੰ ਹੁੰਦਾ ਹੈ ਉਹ ਡਿਫਰੈਂਟ ਗ੍ਰੋਥ ਸਟੇजेस ਤੇ ਹੁੰਦੇ ਐਨੀਮਲ ਪਲਾਂਟਸ ਨਾਲ ਵੀ ਸੇਮ ਹੁੰਦਾ ਹੈ ਠੀਕ ਹੈ ਤਾਂ ਡਿਜ਼ੀਜ਼ ਜਿਹੜੇ ਹੈ ਸਪਰੈਡ ਕਰ ਸਕਦੇ ਹੈ ਇੱਕ ਪlant ਤੋਂ ਦੂਜੇ plant ਤੱਕ ਮਤਲਬ ਨਾਲ-ਨਾਲ ਪਲਾਂਟਸ ਜਿਹੜੇ ਹੈ ਉਹ ਗਰੋਉ ਕੀਤੇ ਹੈ ਇੱਕ plant ਨੂੰ ਕੋਈ डिजीज हो गया कोई कीड़ा लग गया तो नाल वाले प्लांट से भी जो है इफेक्ट किया ठीक है सीड तो हो सकता है और, और सोयल तो हो सकता है कई बार सोयल बहुत ज्यादा इनसेड पेस्टिड किसान जो पा देंदा है ठीक है हैवी रेनज बहुत तेज बारिश होने के कारण मिट्टी जी है सैलाइन हो जाती है सैलाइन मिट्टी जी है कई बार प्लांट दे बुरी साबित होंगी है ਠੀਕ ਹੈ ਫਿਰ ਆਪਣੇ ਕੋਲ ਆ ਰਿਹਾ ਹੈ ਫੰਗਲ ਡਿਜ਼ੀਜ਼ਸ ਆਫ ਦਾ ਕ੍ਰੌਪਸ ਕਿਹੜੇ ਹੁੰਦੇ ਹੈ ਜਨਰਲੀ ਫੰਗਲ ਗ੍ਰੋਥ ਜਿਵੇਂ ਅਸੀਂ ਬ੍ਰੈਡ ਦੇ ਉੱਪਰ ਦੇਖਦੇ ਹਾਂ ਬ੍ਰੈਡ ਘਰੇ ਪਈ ਹੋਵੇ ਤੁਹਾਨੂੰ ਅਸੀਂ ਸਕੂਲ ਵਿੱਚ ਸਾਰਿਆਂ ਨੇ ਕੀਤਾ ਥੋੜਾ ਥੋੜਾ ਪਾਣੀ ਦਿੰਦੇ ਰਹੀਓ ਤਾਂ ਫੰਗਸ ਗਰੋ ਕਰ ਜਾਂਦੀ ਹੈ ਫੰਗਸ ਜਿਹੜੀ ਹੈ ਇੱਕ ਤਰ੍ਹਾਂ ਦੀ ਪੌਇਜ਼ਨ ਹੈ ਠੀਕ ਹੈ ਤੇ ਇਹ ਅਗਰ ਐਂਟਰ ਕਰ ਜਾਂਦੀ ਹੈ ਪਲਾਂਟ ਦੇ ਪਾਰਟਸ ਦੇ ਵਿੱਚ ਤਾਂ ਇਹ ਉਹਨੂੰ ਇਫੈਕਟ ਕਰਦੀ ਹੈ ਫੰਗਸ ਇਜ਼ ਆਫ ਡਿਫਰੈਂਟ ਕਾਈਂਡਸ ਐਂਡ ਇਹ ਇਫੈਕਟ ਕਰਦੀ ਹੈ ਪਲਾਂਟਸ ਨੂੰ ਡਿਫਰੈਂਟ ਤਰੀਕੇ ਨਾਲ ਹਿਊਮਨ ਬਾਡੀ ਦੇ ਵਿੱਚ ਜਿਵੇਂ ਬੈਕਟੀਰੀਆ ਦੇ ਨਾਲ ਟੀਬੀ ਟਾਈਫਾਇਡ ਵਗੈਰਾ ਹੁੰਦਾ ਹੈ ਪਲਾਂਟਸ ਦੇ ਵਿੱਚ ਵੀ ਬੈਕਟੀਰੀਆ ਜਿਹੜਾ ਹੈ ਉਹ ਨੈਚੁਰਲ ਓਪਨਿੰਗਸ ਜਿਵੇਂ ਕਿ ਫੁੱਲ ਤੋਂ ਹੋ ਗਿਆ ਫਲਾਵਰ ਇੱਕ ਓਪਨਿੰਗ ਹੈ ਪlant ਦੀ ਹੈਨਾ ਉਹਦੇ ਨਾਲ ਸਟੈਮ ਕਨੈਕਟਡ ਹੈ ਤਾਂ ਫਲਾਵਰ ਦੇ ਥਰੂ ਹੋ ਸਕਦਾ ਹੈ ਕਿਸੇ ਵੀ ਓਪਨਿੰਗ ਦੇ ਥਰੂ ਹੋ ਸਕਦਾ ਹੈ ਠੀਕ ਹੈ ਜਾਂ ਫਿਰ ਪlant ਦੇ ਕਿਸੇ ਕੱਟ ਪਾਰਟ ਤੋਂ ਹੋ ਸਕਦਾ ਹੈ ਦ ਮੇਨ ਬੈਕਟੀਰੀਅਲ ਡਿਜ਼ੀਜ਼ ਜਿਹੜੇ ਆਪਣੇ ਕੋਲ ਆ ਰਹੇ ਹੈ ਪਹਿਲਾ ਡਿਜ਼ੀਜ਼ ਕਿਹੜਾ ਹੈ ਬਲਾਈਟ ਬਲਾਈਟ ਇਮੇਜ ਦੇਖ ਲਓ ਤੁਹਾਨੂੰ ਯਾਦ ਹੋ ਜਾਏਗਾ ਠੀਕ ਹੈ ਇਹ ਜ਼ਿਆਦਾਤਰ ਜਿਹੜੀ ਹੈ ਚਾਵਲ ਤੇ ਹੁੰਦੀ ਹੈ ਜਿਹੜੀ ਕਿ ਮੇਜਰ ਪੰਜਾਬ ਦੀ ਖਾਰਿਫ ਕ੍ਰੌਪ ਹੈ ਠੀਕ ਹੈ ਆ yellow green stripes ਜਿਹੜੀਆਂ ਹੈ ਪੱਤੇ ਦੇ ਮਾਰਜਨ ਦੇ ਉੱਤੇ ਆਪਾਂ ਨੂੰ ਨਜ਼ਰ ਆ ਜਾਂਦੀਆਂ ਹੈ ਠੀਕ ਹੈ ਸੋ ਪੁੱਛਣਗੇ ਕਿ ਇਹ yellow green stripes ਜਿਸ ਆ ਬਿਮਾਰੀ ਦੇ ਵਿੱਚ ਹੋ ਜਾਂਦੀਆਂ ਹੈ ਪਲਾਂਟ ਇਨਫੈਕਸ਼ਨ ਦੇ ਵਿੱਚ ਉਹ ਕਿਹੜੀ ਹੁੰਦੀ ਹੈ ਸੋ ਬਲਾਈਟ ਹੈ ਠੀਕ ਹੈ ਨੈਕਸਟ ਚਲਾ ਕਲੀਅਰ ਹੋ ਗਿਆ ਸਾਰਿਆਂ ਨੂੰ ਓਕੇ ਅਗਲਾ ਦੇਖੋ ਅਗਲਾ ਆ ਰਿਹਾ ਸਟੈਮ ਰੌਟ ਐਂਡ ਲੀਫ ਸਪੌਟ ਡਿਜ਼ੀਜ਼ ਸੋ ਇਹਦੇ ਵਿੱਚ ਲੀਫ ਦੇ ਉੱਤੇ ਸਪੌਟਸ ਪੈ ਜਾਂਦੇ ਨੇ ਸਪੌਟਸ ਕਿਹੜੀ ਹੈ ਏਰੀਆ ਦੇ ਵਿੱਚ ਅਗਰ ਪੱਤੇ ਦੇ ਕਿਸੇ ਕੋਈ ਏਰੀਆ ਨੇ ਜ਼ਿਆਦਾ ਪਾਣੀ ਜਿਹੜਾ ਹੈ ਉਹਨੂੰ ਸੋਖ ਲੇਤਾ ਹੈ ਤਾਂ ਐਜ਼ ਅ ਪ੍ਰਿੰਟ ਉਹ ਨਿਸ਼ਾਨ ਪੈ ਜਾਂਦਾ ਹੈ ਕਿ ਇਸ ਪੱਤੇ ਏਰੀਆ ਦੇ ਉੱਤੇ ਪੱਤੇ ਨੇ ਜਿਹੜਾ ਹੈ ਜ਼ਿਆਦਾ ਪਾਣੀ ਜਿਹੜਾ ਹੈ ਉਹਨੂੰ ਸੋਖ ਕਰ ਲਿਆ ਸੀਗਾ ਤਾਂ ਪੱਤੇ ਦੀ ਚਾਹੇ ਉਹਨੀ ਕੈਪੈਸਿਟੀ ਨਾ ਹੋਵੇ ਤਾਂ ਇਹ ਜਿਹੜੇ ਹੈ ਏ ওয়াটার সোকড স্পট ਜਿਹੜੇ ਹੈ ਉਹਨੂੰ ਅਸੀਂ ਕਹਿੰਦੇ ਆ ਸਟੈਮ ਰੌਟ ਐਂਡ ਲੀਫ স্পਟ ਠੀਕ ਹੈ ਸਟੈਮ ਰੌਟ ਹੋਣੀ ਤੇ ਲੀਫ ਦੇ ਉੱਤੇ স্পਟ ਪੈ ਜਾਣੇ ਜ਼ਿਆਦਾ ਪਾਣੀ ਸੋਕ ਕਰਨ ਨਾਲ ਠੀਕ ਹੈ ਹੋ ਗਿਆ ਜਾਗ ਰਹੇ ਨੇ ਸਾਰੇ ਸੈਸ਼ਨ ਦੇ ਵਿੱਚ ਦੋ ਤਿੰਨ ਮਿੰਟ ਹੋ ਗਏ ਕੋਈ ਅਪਡੇਟ ਨਹੀਂ ਆਈ ਜ਼ਿੰਦਾ ਨੇ ਸਾਰੇ ਜਾਣੇ ਜਾਗ ਰਹੇ ਹੋ ਸੈਸ਼ਨ ਦੇ ਵਿੱਚ ਬੇਹੋਸ਼ਤਾ ਨਹੀਂ ਹੋਏ ਦੇਖੋ ਰਿਵੀਜ਼ਨ ਕਰਦੇ ਰਹਿਣਾ ਜੋ ਜੋ ਟਾਪਿਕਸ ਰੈਗੂਲਰਲੀ ਆਪਾਂ ਟਾਪਿਕ ਬਾਈ ਟਾਪਿਕ ਕੀਤਾ ਹੈ ਅਦਰਵਾਈਜ਼ ਸਾਰੀ ਚੀਜ਼ਾਂ ਇਕੱਠੀ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਠੀਕ ਹੈ ਥੈਨ ਆਪਾਂ ਚੱਲ ਰਹੇ ਹਾਂ ਵਾਇਰਲ ਡਿਜ਼ੀਜ਼ ਜਿਵੇਂ ਹਿਊਮਨ ਬੀਇੰਗਸ ਦੇ ਵਿੱਚ ਕੇਸ ਦੇ ਵਿੱਚ ਏਡਜ਼ ਜਿਹੜਾ ਹੈ ਉਹ ਵਾਇਰਲ ਡਿਜ਼ੀਜ਼ ਦੇ ਨਾਲ ਹੁੰਦਾ ਹੈ ਠੀਕ ਹੈ ਤਾਂ ਇਹ ਡਿਜ਼ੀਜ਼ ਅਗੇਨ ਇਹਨਾਂ ਦੀ ਮੈਨੇਜਮੈਂਟ ਕਰਨੀ ਥੋੜੀ ਜੀ ਡਿਫਿਕਲਟ ਹੈ ਠੀਕ ਹੈ ਆ ਵਾਇਰਲ ਡਿਜ਼ੀਜ਼ ਦੀ ਜਿਵੇਂ ਐਗਜ਼ੈਂਪਲ ਵਾਈਟ ਫਲਾਈ ਸਪੀਡ ਲੀਫ ਕਾਲਡ ਡਿਜ਼ੀਜ਼ ਇਹਦੇ ਵਿੱਚ ਪੱਤਾ ਜਿਹੜਾ ਹੈ ਉਦੇ ਉੱਤੇ 스ਪੌਟ ਵੀ ਪੈ ਜਾਂਦੇ ਐ ਤੇ ਪੱਤੇ ਦਾ ਜਿਹੜਾ ਸਟਰਕਚਰ ਹੈ ਉਹ ਵੀ ਖਰਾਬ ਹੋ ਜਾਂਦਾ ਹੈ ਵਾਈਡ ਸਪਰੈਡ ਲੀਫ ਕਾਲ ਡਿਜ਼ੀਜ਼ ਠੀਕ ਹੈ ਅ ਯਾਦ ਰੱਖਿਓ ਸੋ ਇਹਨਾਂ ਦੀ ਮੈਨੇਜਮੈਂਟ ਥੋੜੀ ਜੀ ਡਿਫਿਕਲਟ ਹੁੰਦੀ ਹੈ ਠੀਕ ਹੈ ਇਹਨਾਂ ਨੂੰ ਆਪਾਂ ਜਲਦੀ ਕਿਉਰ ਨਹੀਂ ਕਰ ਸਕਦੇ ਇਨਸੈਕਟੀਸਾਈਡ ਤੇ ਪੈਸਟਿਸਾਈਡ ਦੇ ਨਾਲ ਓਕੇ ਅ ਹਾਂ ਐਦਾਂ ਹੀ ਪੁੱਛਿਆ ਜਾਏਗਾ ਨਹੀਂ ਨਹੀਂ ਉਹਦਾ ਵੀ ਪੁੱਛਿਆ ਜਾ ਸਕਦਾ ਹੈ ਲੇਕਿਨ ਜੋ ਵੀ ਅ ਪ੍ਰਸਪੈਕਟਿਵ ਚੀਜ਼ਾਂ ਬੰਦੀਆਂ ਨੇ ਨਾ ਹਰ ਇੱਕ ਟਾਪਿਕ ਜੋ ਕਿ ਹਾਂ ਪlant ਦੇ ਨਾਲ ਕਿਹੜੇ ਕਿਹੜੇ ਡਿਜ਼ੀਜ਼ਸ ਐਸੋਸੀਏਟਡ ਹੈ ਉਹ ਆਪਾਂ ਸਾਰੇ ਇਹਨਾਂ ਸਲਾਈਡਸ ਦੇ ਵਿੱਚ ਕਵਰ ਕਰ ਲੇਤੇ ਇਸ ਤੋਂ ਬਾਅਦ ਤੁਹਾਨੂੰ ਆਉਣ ਦੇ ਚਾਂਸਸ ਨਹੀਂ ਹੈ ਜ਼ਿਆਦਾਤਰ ਚਾਂਸਸ ਇਸ ਤੋਂ ਵੀ ਇੰਪੋਰਟੈਂਟ ਜੋ ਚੀਜ਼ਾਂ ਰਹਿਣਗੀਆਂ ਉਹ ਰਹਿਣਗੀਆਂ ਕਿ ਕਿਹੜੀ ਸਟੇਟ ਮੇਜਰ ਪ੍ਰੋਡਿਊਸਰ ਹੈ ਆਪਣੇ ਕੋਲ ਐਗਰੀਕਲਚਰ ਦੇ ਨਾਲ ਰਿਲੇਟਡ ਅਗਰ ਕੋਈ ਕਰੰਟ ਆਏਗਾ ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਆਪਣੇ ਕੋਲ ਨੋਟੀਫਿਕੇਸ਼ਨ ਆ ਜਾਏਗਾ ਆਪਾਂ ਨੂੰ ਪਤਾ ਹੋ ਜਾਏਗਾ ਕਿ ਹਾਂ ਮੇਰਾ ਪੇਪਰ ਇਸ ਮਹੀਨੇ ਦੇ ਵਿੱਚ ਹੈ ਤਾਂ ਬਹੁਤ ਸਤੋਂ ਪਿਛਲੇ ਪਿਛਲੇ 6 ਮਹੀਨੇ ਦਾ ਇੰਪੋਰਟੈਂਟ ਕਰੰਟ ਅਫੇਅਰਸ ਐਗਰੀਕਲਚਰ ਵਾਲੇ ਕਰਾਂਗੇ ਠੀਕ ਹੈ ਤੇ ਜਿਹੜੇ ਟਾਪ ਸਟੇਟਸ ਵਗੈਰਾ ਪ੍ਰੋਡਿਊਸਰ ਰਹਿਣਗੇ ਉਹ ਵੀ ਇੱਕ ਇੰਪੋਰਟੈਂਟ ਹਿੱਸਾ ਹੈ ਉਹਦੇ ਵਾਸਤੇ ਵੀ ਆਪਾਂ ਉਹ ਪਾਰਟਸ ਵਿੱਚ ਨਹੀਂ ਕਰਾਂਗੇ ਉਹਦੀ ਅਲੱਗ ਵੀਡੀਓ ਕਰਾਂਗੇ ਤਾਂ ਕਿ ਆਪਾਂ ਈਜ਼ੀਲੀ ਆਪਾਂ ਨੂੰ ਪਾਰਟਸ ਦੇ ਵਿੱਚ ਉਹਨੂੰ ਹਰ ਵਾਰ ਲੱਭਣਾ ਨਾ ਪਏ ਉਹਦੇ ਵਾਸਤੇ ਉਹਦੇ ਵਾਸਤੇ ਆਪਾਂ ਡਿਫਰੈਂਟ ਵੀਡੀਓ ਕਰਾਂਗੇ ਠੀਕ ਹੈ ਇਕਨੋਮਿਕ ਸਰਵੇ ਜੋ ਥੈਨ ਆਪਣੇ ਕੋਲ ਆ ਰਿਹਾ ਹੈ ਲਾਈਫ ਸਾਈਕਲ ਜਿਹੜਾ ਇਨਸੈਕਟ ਦਾ ਹੁੰਦਾ ਹੈ ਸੋ ਇਨਸੈਕਟ ਦਾ ਲਾਈਫ ਸਾਈਕਲ ਜਿਹੜਾ ਸੋ ਲਾਰਵਾ ਹੈ ਪਿਉਪਾ ਹੈ ਅ ਐਡਲਟ ਹੈ ਜਿਵੇਂ ਕਿ ਆਪਾਂ ਬਟਰਫਲਾਈ ਦੇ ਕੇਸ ਦੇ ਵਿੱਚ ਵੀ ਦੇਖਦੇ ਹਾਂ ਸੋ ਜ਼ਿਆਦਾਤਰ ਜਿੰਨੇ ਵੀ ਆਪਣੇ ਇਨਸੈਕਟ ਹੁੰਦੇ ਐ ਹੈਨਾ ਉਹਨਾਂ ਦਾ ਲਾਈਫ ਸਾਈਕਲ ਸੇਮ ਹੀ ਹੁੰਦਾ ਹੈ ਲਾਰਵਾ ਪਿਉਪਾ ਪਹਿਲੇ ਐਗ ਹੁੰਦਾ ਐਗ ਬੰਦਾ ਲਾਰਵਾ ਲਾਰਵਾ ਤੋਂ ਪਿਉਪਾ ਪਿਉਪਾ ਤੋਂ ਐਡਲਟ ਹੁਣ ਪੁੱਛੋਗੇ ਕੁਐਸਚਨ ਕਿਦਾਂ ਆਏਗਾ ਬੜਾ ਫੇਮਸ ਫੇਵਰਿਟ ਕੁਐਸਚਨ ਹੈ ਪੀ ਟ੍ਰਿਪਲ ਐਚ ਬੀ ਦਾ ਉਹ ਪਾਣਗੇ ਐਗਸ ਲਾਰਵਾ ਪਿਉਪਾ adult pupa larva te pupa ho gaya larva ho gaya adult ho gaya eggs ho gaya theek hai fir pan ke eggs pupa larva adult te none of the above oh keh rahe hon das do ki life cycle of insect de vich kedi stage sahi tarah ditti hui hai hun toanu pata hai ab kar leti hai stage egg larva pupa te adult e l p a एल पी तो पंजाब लॉन्च पैड ठीक है लॉन्च पैड तो आगे ई ते पीछे ए ठीक है याद रह जाएगा ठीक है जी देन टेन मोस्ट डेडली बग्स दैट डिस्ट्रॉय द क्रॉप प्रोडक्शन जेडे अपने को रेंदे है स्टेम बोरर ठीक है साइंटिफिक नेम ए थोड़ा जहा टफ हो सकता है तोड़े वास्ते दो एक बार रिविजन दो नजर चो कढ़ने की कोशिश करो लर्न हो जाएगा आप पंज अज करा ਪੰਜ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਸਟੈਮ ਬੋਰਰ ਦੇ ਵਿੱਚ ਇਹ ਕੁਝ ਪੜਨ ਦੀ ਲੋੜ ਨਹੀਂ ਕਿ ਸਟੈਮ ਬੋਰਰ ਬੇਸਿਕਲੀ ਵੈਸੇ ਕੈਟਰਪਿਲਰਸ ਹੁੰਦੇ ਹੈ ਠੀਕ ਹੈ ਆ ਸਾਇੰਟਿਫਿਕ ਨੇਮ ਜਿਹੜਾ ਹੈ ਸਕ੍ਰਿਫੋਫੇਗਾ ਦੇ ਰੱਖਿਆ ਹੈ ਇਹ ਰਾਈਸ ਸੋਰਗਮ ਫਿੰਗਰ ਮਿਲੇਟ ਮੇਜ਼ ਹੋ ਗਿਆ ਰਬੜ ਹੋ ਗਿਆ ਅੰਬ ਹੋ ਗਿਆ ਠੀਕ ਹੈ ਅੰਜੀਰ ਹੋ ਗਿਆ ਇਹ ਸਾਰੀ ਚੀਜ਼ਾਂ ਨੂੰ ਇਫੈਕਟ ਕਰਦਾ ਹੈ ਜੈਕ ਫਰੂਟ ਹੋ ਗਿਆ ਮਲਬਰੀ ਹੋ ਗਿਆ ਇਹੀ ਡੀਟੇਲ ਦੇ ਵਿੱਚ ਜ਼ਿਆਦਾ ਜਾਣ ਦੀ ਲੋੜ ਨਹੀਂ ਹੈ ਹਿਊਮਨਲੀ ਸਾਡੇ ਲਈ ਪੋਸਿਬਲ ਨਹੀਂ ਹੈ ਕਿ ਮੈਂ ਯਾਦ ਕਰਾਂ ਕਿ ਇਹ ਸਾਰੀ ਕ੍ਰੌਪਸ ਨੂੰ ਕੌਣ-ਕੌਣ ਇਫੈਕਟ ਕਰਦਾ ਹੈ ਪੇਪਰ ਦੇ ਵਿੱਚ ਆਂਦਾ ਵੀ ਨਹੀਂ ਹੈ ਕਿ ਹਾਂ ਚਾਵਲ ਨੂੰ ਕਿਹੜਾ ਇਫੈਕਟ ਕਰਦਾ ਹੈ ਉਹ ਚਾਵਲ ਦੇ ਆਪਾਂ ਡਿਜ਼ੀਜ਼ਸ ਵੀ ਪਿੱਛੇ ਪੜੀਆਂ ਠੀਕ ਹੈ ਨਾਮ ਲਰਨ ਕਰਨਾ ਹੈ ਬੇਸਿਕ ਥੋੜੀ ਜੀ ਇਨਫੋਰਮੇਸ਼ਨ ਤੇ ਸਾਇੰਟਿਫਿਕ ਨੇਮ ਥੋੜਾ ਜਿਹਾ ਉੱਪਰੋਂ-ਉੱਪਰੋ ਦੇਖ ਲੈਣਾ ਠੀਕ ਹੈ ਥੈਨ ਆਪਣੇ ਕੋਲ ਆ ਰਿਹਾ ਹੈ ਬੋਲਵਰਮ ਬੋਲਵਾਂਸ ਨੂੰ ਸਾਰਿਆਂ ਨੂੰ ਪਤਾ ਹੈ ਜ਼ਿਆਦਾਤਰ ਪੌਟਨ ਨੂੰ ਇਫੈਕਟ ਕਰਦਾ ਹੈ ਬੋਲਵਰਮ ਠੀਕ ਹੈ ਕਾਮਨ ਟਰ لارਵਾ ਦੀ ਜਿਹੜੀ ਸਟੇਜ ਹੁੰਦੀ ਹੈ ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ ਦ ਮੋਸਟ ਕਾਮਨ ਮੌਚ ਜਿਹੜੇ ਹੁੰਦੇ ਹੈ ਬੋਲਵorms ਉਹ ਕਿਹੜੇ ਹੁੰਦੇ ਹੈ ਰੈਡ ਔਰ ਸੁਡਾਨ ਬੋਲਵॉर्म ਠੀਕ ਹੈ ਤੇ ਇਹਦਾ ਸਾਇੰਟਿਫਿਕ ਨੇਮ ਬਸ ਇੰਨਾ ਹੀ ਅਗਰ ਤੁਸੀਂ ਕਰ ਲੋ ਹੈਲਿਓ ਕਵਰਪਾ ਤਾਂ ਯਾਦ ਹੋ ਜਾਏਗਾ ਠੀਕ ਹੈ ਕਵਰਪਾ ਦੇਖ ਰਹੇ ਹੋ ਨਾ ਸੋ ਬੋਲਵॉर्म कॉटन ਦੇ ਨਾਲ ਰਿਲੇਟਡ ਹੈ कॉटन ਦਾ ਕਵਰ ਬਣਾ ਕੇ ਉਹਨੂੰ ਪਾਲ ਹੈ ਠੀਕ ਹੈ ਸੋ ਬੋਲਵॉर्म कॉटन ਨੂੰ ਇਫੈਕਟ ਕਰਦਾ ਹੈ ਹੈਲਿਓ ਕਵਰਪਾ ਵਾਹ ਮਤਲਬ ਮੇਰੀ ਨਿਮੋਨਿਕ ਟੈਕਨੀਕਸ ਬਣਾਉਣ ਜੁੜੀ ਜੀ ਟੈਲੈਂਟ ਹੈਗਾ ਹੈ ਨਾ ਸੋ ਤੁਸੀਂ ਇਨ ਇਸ ਨਿਮੋਨਿਕ ਨਾਲ ਯੂਜ਼ ਕਰਕੇ ਇਹ ਤਾਂ ਇੱਥੇ ਹੀ ਕਵਰ ਹੋ ਗਿਆ ਠੀਕ ਹੈ ਜਿੱਥੇ ਨਿਮੋਨਿਕਸ ਲੱਗਦੇ ਹੋਣਗੇ ਡੈਫੀਨਿਟਲੀ ਆਈ ਵਿਲ ਹੈਲਪ ਜਿੱਥੇ ਤੁਹਾਨੂੰ ਲੱਗਦਾ ਉਹਨਾਂ ਵਾਂ ਪਿਛਲਾ ਵਾਲਾ ਕੀਤਾ ਹੈ ਸਟੈਮ ਬੋਲਰ ਹੈ ਐਸ ਤੋਂ ਸਟੈਮ ਬੋਲਰ ਹੈ ਐਸ ਤੋਂ ਇਹਦਾ ਸਾਇੰਟੀਫਿਕ ਨੇਮ ਸ਼ੁਰੂ ਹੋ ਰਿਹਾ ਹੈ ਠੀਕ ਹੈ ਤੁਸੀਂ ਕੁਝ ਇਹਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਵਾਲਾ ਨਿਮੋਨਿਕ ਟੈਕਨੀਕ ਨਾਲ ਲਵਾ ਦੈਨ ਆਪਣੇ ਕੋਲ ਆ ਰਿਹਾ ਹੈ ਟ੍ਰਿਪਸ ਠੀਕ ਹੈ दीज आर दाइनी इनसे अबाउट एज फैट एज नीडल ठीक है तो प्लांट्स वर्ल्ड वाइड प्लान अफेक्ट करती है अस थंडरफ्लाईज भी कहने ट्रिप्स है, तो है थंडरफ्लाईज है या थेनो टेरा ठीक है सो ये है डैमेज कॉज करते हैं सकिंग इनसे यानी कि सक करते हैं पत्ते बैठे पत्ते सक करने की कोशिश दे है फ्रूट पर बैठे तो फ्रूट से सक करने की कोशिश करते हैं ठीक है तो ए जरा है वायरस ट्रांसमिट कर दे है टू द प्लांट्स थ्रिप्स राइट ओके फाइन ग्रेट लर्न हो गया ना नेक्स्ट आपने को सैंटिफिक नेम आप कर रहे नॉट पॉसिबल जस्ट गिव इट रीड एंड मूव अहिट दैन अपने रूट बोरर रूट बोरर इंसेक्ट है डेफिनेटली रूट बोरर से नाम तो ही पता लग रहा है रूट नो इफेक्ट करेगा जड़ा नो इफेक्ट करेगा ठीक है तो जड़ा तो इलावा जो भी प्लांट का ऐसा हिस्सा जो मिट्टी तो नीचे है वो सारे हिस्से नो इफेक्ट करेगा इधर साइंटिफिक नेम की है प्राइनस कैलिफोर्निस ठीक है प्रायोनस तो तुसी कह सकते हो प्रेशियस जिमें वर्ड यूज करते हैं प्रेशियस प्रायोनस रूट बोरर है एंड क्रॉप इफेक्टेड के कॉटन हो गया शुगर केन हो गया एंड बनाना हो गया फाइन नेक्स्ट चलिए एक और कर ला फिर बाकी फाइव अपन नेक्स्ट पार्ट आप करा ठीक है आई एम ट्राइंग टू थिंक कोई निमोनिक टेक्निक जी आप लगा ली है रूट बोरर वो तो पता लग गया साइंटिफिक नेम ले है किसी के माइंड च कोई साइंटिफिक नेम ले कोई लमोनिक टैक्नीक याद हो गया ओके okay. फाइन चलिए ओके अगला देखो आ, वेविल्स बीटल्स है सुपर फैमिली तो बिलोंग करते हैं इन इन्हों बॉडी स्ट्रक्चर होंबी बोर्स है हरबी बोर्स डेफिनेटली पत्ते जड़े है ये खाते हैं ठीक है एंड द राइस वेविल इज अ स्टोर्ड प्रोडक्ट पेस्ट विच अटैक सीड्स ऑफ सैवरल क्रॉप्स सो ज्यादातर क्रॉप्स ਜਿਹੜੇ ਸੀਡਸ ਹੈ ਉਹਨਾਂ ਨੂੰ ਇਫੈਕਟ ਕਰਦਾ ਹੈ ਇਹਦਾ ਸਾਇੰਟਿਫਿਕ ਨੇਮ ਜਿਹੜਾ ਹੈ ਉਹ ਆਪਾਂ ਨੂੰ ਦੇ ਰੱਖਿਆ ਹੈ ਅ ਕੁਰਕੁਲੀ ਐਂਡੋਨੀਆ ਅ ਕੁਰਕੁਲੀਓ ਨੋਇਡਿਆ ਠੀਕ ਹੈ ਸੋ ਵੇਵਿਲਸ ਅ ਵਸਤੇ ਨੋਇਡਾ ਕਰਕੇ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਠੀਕ ਹੈ ਅ ਪੋਇਜ਼ਨਸ ਨਾਲ ਵੀ ਯਾਦ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਠੀਕ ਹੈ ਅ ਚਲिए राइट सो क्रॉब्स अफेक्टेड है कॉटन राइस जूट अ अ कोकोनट सोरगम एंड पॉल मिलेट एंड अपने को आ रहा है मेज राइट सो हां कैलिफोर्निया तो ਤੁਸੀਂ ਅਬੋਰ ਅਬੋਰ ਤੋਂ ਤੁਸੀਂ ਰੂਟ ਜਿਹੜਾ ਹੈ ਉਹਨੂੰ ਯਾਦ ਕਰ ਸਕਦੇ ਹੋ ਵੈਰੀ ਗੁੱਡ ਨਾਈਸ ਬਾਰਡਰ ਅਬੋਹਰ ਕੈਲੀਫੋਰਨੀਆ ਆਫ ਪੰਜਾਬ ਵੈਰੀ ਨਾਈਸ ਗੀਟ ਠੀਕ ਹੈ ਸੋ ਇਹ ਨਿਮੋਨਿਕ ਨੂੰ ਇੱਥੇ ਯੂਜ਼ ਕਰ ਸਕਦੇ ਹੋ ਠੀਕ ਹੈ ਇਹ ਨਿਮੋਨਿਕਸ ਨੂੰ ਲਿਖ ਲੈਣਾ ਤਾਂ ਤੁਹਾਨੂੰ ਯਾਦ ਰਹੇਗਾ ਠੀਕ ਹੈ ਵੈਵਿਲਜ਼ ਲਈ ਆਪਾਂ ਨੌਇਡਾਂ ਤੁਸੀਂ ਯਾਦ ਕਰ ਸਕਦੇ ਹੋ ਠੀਕ ਹੈ ਸੋ that is it ਆਪਾਂ ਨੈਕਸਟ ਜਿਹੜੀ ਆਪਣੇ ਕੋਲ ਰਹੇਗਾ ਮੀਲੀ ਬੱਗਸ ਅਗਲੇ ਪਾਰਟ 4 ਦੇ ਵਿੱਚ ਕਰਾਂਗੇ ਉਨੀ ਦੇਰ ਨੂੰ ਅੱਜ ਦੇ ਸੈਸ਼ਨ ਦੇ ਵਿੱਚ ਦੋ ਬਾਰੀ ਭਰ ਕਮ ਵਰਡ ਆਪਾਂ ਯਾਦ ਕੀਤੇ ਹੈ ਉਹਨਾਂ ਨੂੰ ਹਜਮ ਕਰ ਲਓ ਠੀਕ ਹੈ ਤੇ ਆਪਾਂ ਮਿਲਾਂਗੇ ਪਾਰਟ 4 ਦੇ ਵਿੱਚ ਬਹੁਤ ਜਲਦੀ ਠੀਕ ਹੈ ਛੋਟੇ ਛੋਟੇ ਪਾਰਟਸ ਕਰਦੇ ਰਵਾਂਗੇ ਪਟਵਾਰੀ ਚ ਐਗਰੀਕਲਚਰ ਦਾ ਕੀ ਲੈਵਲ ਹ ਹੁੰਦਾ ਹੈ ਬਹੁਤ ਬੇਸਿਕ ਲੈਵਲ ਹੁੰਦਾ ਹੈ ਕੁਝ ਬਹੁਤ ਜ਼ਿਆਦਾ ਕਿਸਾਨਾ ਵਾਲਾ ਐਗਰੀਕਲਚਰ ਨਹੀਂ ਪੁੱਛਿਆ ਜਾਂਦਾ ਬੇਸਿਕ ਲੈਵਲ ਹੁੰਦਾ ਹੈ ਜਿੰਨਾ ਕੋ ਆਪਾਂ ਪੜਨਾ ਹੈ ਠੀਕ ਹੈ ਐਂਡ ਇਸ ਕਲਾਸਿਸ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਜੋ ਅਸੀਂ ਪਾਰਟਸ ਇੱਥੇ ਕਰ ਰਹੇ ਹੈ ਇਹਨਾਂ ਕਲਾਸਿਸ ਦੇ ਵਿੱਚ ਅਗਰ ਪਟਵਾਰੀ ਇੱਥੇ ਆਣਾ ਹੈ ਆਪਾਂ ਇੱਕ ਲੈਵਲ ਉੱਪਰ ਜਾ ਕੇ ਤਿਆਰੀ ਕਰਾਂਗੇ ਤਾਂ ਕਿ ਆਪਾਂ ਇਸ ਲੈਵਲ ਦੇ ਵਿੱਚ ਪਹੁੰਚ ਸਕੀਏ ਠੀਕ ਹੈ ਇਹਦੇ ਵਿੱਚੋਂ ਵੀ ਸਾਰੀ ਚੀਜ਼ਾਂ ਤੁਹਾਨੂੰ ਟੋਟਲੀ ਯਾਦ ਨਹੀਂ ਰਹਿਣਗੀਆਂ ਠੀਕ ਹੈ ਕੁਝ ਪਾਰਟ ਜਿਹੜਾ ਹੈ ਤੁਸੀਂ ਉਹਨੂੰ ਹਜਮ ਕਰੋਗੇ ਕੁਝ ਪਾਰਟ ਤੁਸੀਂ ਆਊਟਪੁੱਟ ਵਿੱਚ ਦੇ ਪਾਉਂਗੇ ਉਹ ਜਿੰਨਾ ਤੁਸੀਂ ਹਜਮ ਕਰੋਗੇ ਆਉਟਪੁੱਟ ਵਿੱਚ ਦੇਣ ਵਾਲਾ ਡੈਫੀਨਿਟਲੀ ਕਾਟੀ ਹੋਏਗਾ ਤੇ ਪੇਪਰ ਦਾ ਲੈਵਲ ਜਿਹੜਾ ਹੈ ਉਹ ਆਪਣੇ ਕੁਫਲਾ ਜੇ ਨੀਚੇ ਹੋਏਗਾ ਤਾਂ ਡੈਫੀਨਿਟਲੀ ਸਕਸੈਸ ਤੇ ਕੇਸ ਦੇ ਵਿੱਚ ਗਾਰੰਟੀਡ ਹੈਗੀ ਹੀ ਹੈ ਠੀਕ ਹੈ ਨਾਲੇ ਸਭ ਤੋਂ ਸਾਡੇ ਕੋਲ ਬੈਨੀਫਿਟ ਕੀ ਹੈ ਕਿ ਆਪਾਂ अर्ਲੀ ਸਟਾਰਟਰਸ ਹਾਂ ਠੀਕ ਹੈ ਅ ਕਈ ਸਟੂਡੈਂਟਸ ਨਹੀਂ ਸਟਾਰਟ ਕਰਦੇ ਟਾਈਮਲੀ ਉਹ ਚੀਜ਼ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ ਫਿਰ ਆਪਾਂ ਪੀੜ ਦਾ ਹਿੱਸਾ ਬਣ ਜਾਂਦੇ ਜਦੋਂ ਪੀੜਨੇ ਸ਼ੁਰੂ ਕੀਤਾ ਉਦੋਂ ਹੀ ਆਪਾਂ ਕੀਤਾ ਤਾਂ ਉਹ ਡਿਸਟਿੰਕਸ਼ਨ ਜਿਹੜੀ ਹੈ ਉਹ ਤੁਹਾਡੀ ਤਿਆਰੀ ਦੇ ਵਿੱਚ ਆਉਣਾ ਚਾਹੀਦਾ ਹੈ ਇਹਦਾ ਪੀਡੀਐਫ ਮੁਸ਼ਪਿੰਦਰ ਮਿਲੇਗਾ ਟੈਲੀਗ੍ਰam ਚੈਨਲ ਲਾਂਚਪੜ ਐਜੂਕੇਸ਼ਨ ਪੰਜਾਬ ਤੇ ਉਹਨੂੰ ਜੁਆਇਨ ਕਰ ਲਓ ਸਿੰਸ ਹੁਣੇ ਕਲਾਸ ਹੋਈ ਹੈ ਮੇਬੀ ਪੀਡੀਐਫ ਅਪਲੋਡ ਹੋਣ ਨੂੰ ਆਪਣੇ ਕੋਲ ਇੱਕ ਦਿਨ ਲੱਗ ਜਾਏ ਠੀਕ ਹੈ ਬਿਕਾਜ਼ ਮੈਂ ਸਿੰਗਲ ਹੀ ਪੀਡੀਐਫ ਸਾਰਿਆਂ ਦੀ ਬਣਾਈ ਹੋਈ ਹੈ ਸੋ ਇਹ ਪਾਰਟਸ ਅਪਲੋਡ ਨਹੀਂ ਹੋ ਰਹੇ ਬਟ ਆਈਲ ਟ੍ਰਾਈ ਕਿ ਅਪਲੋਡ ਕਰਾਦੀ ਆਪਾਂ ਠੀਕ ਹੈ ਸੋ ਮਿਲਦੇ ਆਪਾਂ ਨੈਕਸਟ ਕਲਾਸਿਸ ਦੇ ਵਿੱਚ ਕੀਪ ਸਟੱਡੀਿੰਗ ਵਿਦ ਲਾਂਚਪੜ ਐਜੂਕੇਸ਼ਨ ਪੰਜਾਬ ਪੀੜ ਤੋਂ ਅਲੱਗ ਹੋ ਜਾਓ ਪੀੜ ਦਾ ਹਿੱਸਾ ਰਹੋਗੇ ਤਾਂ ਪੀੜ ਕਦੀ ਵੀ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਪਾਉਂਦੀ ਕਿਉਂਕਿ ਪੀੜ ਦੇ ਵਿੱਚ ਜੋ ਉੱਡਦਾ ਹੈ ਉਹਦਾ ਹੀ ਨਾਮ ਬੋਲਦਾ ਹੈ ਅਦਰਵਾਈਜ਼ ਬਾਕੀ ਸਾਰੇ ਪੀੜ ਹੁੰਦੇ ਹੈ ਬਾਕੀ ਸਾਰੇ ਰਸ਼ ਹੁੰਦਾ ਪਰ ਰਸ਼ ਨਹੀਂ ਆ ਠੀਕ ਹੈ ਸੋ ਜੇ ਰਸ਼ ਦਾ ਹਿੱਸਾ ਅਗਰ ਤੁਸੀਂ ਨਹੀਂ ਬੰਨਣਾ ਚਾਹੁੰਦੇ ਆਪਣੀ ਸਟ੍ਰੈਟਜੀ ਆਪਣੀ ਤਿਆਰੀ ਨੂੰ ਬਹੁਤ ਪੱਕਾ ਤੇ ਮਜ਼ਬੂਤ ਕਰੋ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਵੀ ਗਾਈਡੈਂਸ ਦੀ ਨੀਡ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਮੈਨੂੰ ਇਹ ਚੀਜ਼ ਨਹੀਂ ਆਂਦੀ ਰੀਚ ਆਊਟ ਟੂ ਅਸ ਨੰਬਰਸ ਤੇ ਕਾਲ ਕਰੋ ਕਿ ਯਾਰ ਮੈਨੂੰ ਇਹ ਸਬਜੈਕਟ ਨਹੀਂ ਆਂਦਾ ਮੈਂ ਕਿਵੇਂ ਉਹਨੂੰ ਡੀਲ ਕਰਾਂ ਠੀਕ ਹੈ ਬਾਕੀ ਪੰਜਾਬ ਪੁਲਿਸ ਦੀ ਆਫਲਾਈਨ ਆਨਲਾਈਨ ਦੋਨੋਂ ਕਲਾਸਿਸ ਕੱਲ ਤੋਂ ਸਟਾਰਟ ਹੋ ਚੁੱਕੀਆਂ ਹੈ ਲਾਈਵ ਸੈਸ਼ਨਸ ਹੈ ਚਾਹੇ ਆਫਲਾਈਨ ਹੋਣ ਆਫਲਾਈਨ ਦੇ ਚਲੋ ਲਾਈਵ ਹੀ ਰਹੇਗਾ ਆਨਲਾਈਨ ਵੀ ਲਾਈਵ ਸੈਸ਼ਨਸ ਹੈ ਕੁਰੀਜ਼ ਤੁਸੀਂ ਲੈ ਸਕਦੇ ਹੋ ਡੈਮੋ ਲੈ ਸਕਦੇ ਹੋ ਬਿਨਾਂ ਡੈਮੋ ਤੋਂ ਕੋਈ ਵੀ ਕਲਾਸ ਕਿਤੇ ਵੀ ਜੁਆਇਨ ਨਹੀਂ ਕਰਨੀ ਇੱਥੇ ਵੀ ਜੁਆਇਨ ਨਹੀਂ ਕਰਨੀ ਡੈਮੋ ਲਓ ਰੀਚ ਆਊਟ ਟੂ ਅਸ ਐਂਡ ਦੈਨ ਡਿਸਾਈਡ ਠੀਕ ਹੈ ਥੋੜੀ ਜੀ ਮਾਈਂਡ ਸੈਟ ਦੇ ਵਿੱਚ ਆਪਣੀ ਤਬਦੀਲੀ ਲੈ ਕੇ ਆਓ ਕਿਉਂਕਿ ਉਸ ਤਬਦੀਲੀ ਦੇ ਵਿੱਚ ਆਪਾਂ ਉਸ ਸਾਈਕਲ ਤੋਂ ਬਾਹਰ ਨਿਕਲਣਾ ਹੈ ਵਾਰ-ਵਾਰ ਆਪਾਂ ਉਸ ਸਾਈਕਲ ਦੇ ਵਿੱਚ ਫਸਣਾ ਫੋਰ ਇੱਕ ਦਿਨ ਆਵੇਗਾ ਕਿ ਮੈਂ ਵੀ ਕਹਾਂਗਾ ਯਾਰ ਮੈਂ ਤਿਆਰੀ ਦੇ ਫੇਜ਼ ਵਿੱਚ ਹੁਣ ਬਾਹਰ ਹਾਂ ਹੁਣ ਮੈਂ ਨੌਕਰੀ ਦੇ ਫੇਜ਼ ਦੇ ਵਿੱਚ ਹਾਂ ਉਹਨੋ ਫੇਜ਼ ਆਣਾ ਚਾਹੀਦਾ ਹੈ ਆਪਾਂ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹਾਂ ਠੀਕ ਹੈ ਸੋ ਇਹ ਤੁਹਾਡੀ ਲिटल ਮੋਟੀਵੇਸ਼ਨ ਸੀਗੀ ਦੇਖੋ ਕੋਈ ਵੀ ਟੀਚਰ ਚਾਹੇ ਮੈਂ ਆਪਾਂ ਜਿੰਨੀ ਵਾਰ ਮਰਜ਼ੀ ਇਸ ਸੈਸ਼ਨ ਦੇ ਵਿੱਚੋਂ ਜਾਓਗੇ ਤਾਂ ਮੇਰੀ ਮੋਟੀਵੇਸ਼ਨ ਸ਼ਾਇਦ ਤੁਹਾਡੇ ਲਈ ਕੰਮ ਨਹੀਂ ਕਰੇਗੀ ਕਿਉਂਕਿ ਜੋ ਤੱਕ ਅੰਦਰੋਂ ਨਹੀਂ ਆਂਦਾ ਨਾ ਬਾਹਰ ਕੋਈ ਵੀ ਟੀਚਰ ਜਿੰਨਾ ਵੀ ਕਹ ਲੇ ਉਹ ਚੀਜ਼ਾਂ ਕੰਮ ਨਹੀਂ ਕਰਦੀਆਂ ਠੀਕ ਹੈ ਸੋ ਅੰਦਰੋਂ ਕੋਦੋਂ ਆਏਗਾ ਜਦੋਂ ਤੁਸੀਂ bigger picture ਦੇਖੋਗੇ ਯਾਰ ਕੁਝ ਸਾਲ ਬਾਅਦ ਮੈਂ ਕਿੱਥੇ ਮੈਨ ਅਜੋ ਓਪਰਚ्युनिटी ਹੈ ਇੰਗਲਿਸ਼ ਵਿੱਚ ਆਪਾਂ ਕਹਿੰਦੇ ਆਪਰਚੁਨਿਟੀਆਂ ਆਰ ਪੈਰਿਸ਼ੇਬਲ ਮਤਲਬ ਓਪਰਚੁਨਿਟੀ ਜਦੋਂ ਆਂਦੀ ਹੈ ਨਾ ਉਹਨੂੰ ਗ੍ਰਾਸਪ ਕਰਨਾ ਉਹਨੂੰ ਲੈਣਾ ਬਹੁਤ ਵੱਡੀ ਡੀਲ ਹੈ ਪੈਰਿਸ਼ ਕਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਓਪਰਚੁਨਿਟੀ ਬੜੇ ਥੋੜੇ ਟਾਈਮ ਲਈ ਆਂਦੀ ਹੈ ਸੋ ਇਸ ਥੋੜੇ ਟਾਈਮ ਦੇ ਵਿੱਚ ਆਪਣਾ ਆਪ ਨੂੰ ਸੋਚੋ ਐਨਲਾਈਜ਼ ਕਰੋ ਤੁਹਾਡਾ ਕੰਪੀਟੀਸ਼ਨ ਐਕਰੋਸ ਪੰਜਾਬ ਦੇ ਵਿੱਚ ਹੈ ਐਟ ਲੀਸਟ ਆਪਾਂ ਇੱਕ ਵੱਡੇ ਕੰਪੀਟੀਸ਼ਨ ਤੋਂ ਪਹਿਲਾਂ ਕਿਸੇ ਛੋਟੇ ਕੰਪੀਟੀਸ਼ਨ ਦੇ ਵਿੱਚ ਬੈਠ ਕੇ ਤਾਂ ਦੇਖੀਏ ਕਿ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਪਤਾ ਲੱਗਿਆ ਆਪਾਂ ਕਰੇ ਵਾਸਤੇ ਤਿਆਰੀ ਕਰ ਰਹੇ ਆਂ ਲੇਕਿਨ ਮੈਂ ਉਸ ਕੰਪੀਟੀਸ਼ਨ ਦਾ ਹਿੱਸਾ ਹੀ ਨਹੀਂ ਆ ਪਹਿਲੇ ਕੰਪੀਟੀਸ਼ਨ ਦਾ ਹਿੱਸਾ ਬਣੋ ਉਹਦੇ ਵਾਸਤੇ ਤੁਹਾਨੂੰ ਜਾਣਨਾ ਪਏਗਾ ਆਪਣੇ ਕੰਪੀਟੀਸ਼ਨ ਨੂੰ ਠੀਕ ਹੈ ਯੂ ਆਲ ਨੋ ਵਾਟ ਆਈ ਏਮ ਸੇਇੰਗ ਤੁਹਾਨੂੰ ਪਤਾ ਹੈ ਤੁਹਾਡੀ ਰਾਈਟ ਅਪਰੋਚ ਕੀ ਹੋ ਜਾਏ ਹੋਣੀ ਚਾਹੀਦੀ ਹੈ ਸਿਰਫ ਇੱਕ ਕਮਰੇ ਦੇ ਵਿੱਚ ਬੈਠ ਕੇ ਤਿਆਰੀ ਨਹੀਂ ਕਰਨੀ ਕੁਰਸੀ ਮੇਜ਼ ਤੋਂ ਤਿਆਰੀ ਸ਼ੁਰੂ ਜ਼ਰੂਰ ਹੁੰਦੀ ਹੈ ਲੇਕਿਨ ਖਤਮ ਉਥੇ ਨਹੀਂ ਹੁੰਦੀ ਠੀਕ ਹੈ ਸੋ ਦੈਟ ਇਜ਼ ਇਟ ਫਰਮ ਮਾਈ ਸਾਈਡ ਕੀਪ ਸਟੱਡੀਿੰਗ ਵਿਦ ਲਾਂਚਪੈਡ ਐਜੂਕੇਸ਼ਨ ਪੰਜਾਬ ਗੁੱਡ ਨਾਈਟ ਆਲ ਆਫ ਯੂ ਐਂਡ ਆਲ ਦਾ ਵੈਰੀ ਬੈ